ਇੰਡੀਆ ਵਿੱਚ ਨਾ ਸਿਸਟਮ ਹੋ ਗਿਆ ਹੈ ਸਿੱਧਾ ਜਿਹੜੇ ਵੀ ਏਜੰਟ ਬੈਠੇ ਨੇ ਉਹਨਾਂ ਦਾ ਇੱਕ ਮਕਸਦ ਇਹ ਕਿ ਅਸੀਂ ਸਟੂਡੈਂਟ ਨੂੰ ਬਾਹਰ ਭੇਜਣਾ ਹੈ ਚਾਹੇ ਉਹ ਕੋਈ ਵੀ ਪ੍ਰੋਗਰਾਮ ਲੈ ਕੇ ਜਾਵੇ ਡਸਨਟ ਮੈਟਰ ਕਈਆਂ ਨੇ ਪੈਕੇਜ ਕੀਤਾ ਹੁੰਦਾ ਹੈ ਕਿ ਅਸੀਂ ਪੈਸੇ ਬਾਅਦ ਚ ਲਵਾਂਗੇ ਤੁਹਾਡਾ ਵੀਜ਼ਾ ਲੱਗਣ ਤੋਂ ਬਾਅਦ ਲਵਾਂਗੇ ਉਹਨਾਂ ਨੂੰ ਇੱਕ ਵੀਜ਼ਾ ਦਿਵਾਨ ਦਾ ਮਤਲਬ ਹੁੰਦਾ ਉਹਨਾਂ ਨੂੰ ਅੱਗੇ ਤਾਂ ਕੋਈ ਪਤਾ ਨਹੀਂ ਹੁੰਦਾ ਕਿ ਫਿਊਚਰ 'ਚ ਇਹਨੂੰ ਪੀਜੀਡਬਲਪੀ ਮਿਲੂਗਾ ਇਹਦੇ ਵਿੱਚ ਪੀਆਰ 'ਚ ਹੈਲਪ ਹੋਊਗੀ ਜਾਂ ਨਾ ਜੋਬ ਮਿਲੂਗੀ ਕੁਝ ਨਹੀਂ ਪਤਾ ਜੀ ਹਾਂ ਉਸ ਕਲਚਰ ਨਾਲ ਉਹਨਾਂ ਲੋਕਾਂ ਨਾਲ ਡੀਲ ਕਰ ਰਹੇ ਆ ਜਿਹੜੇ ਅਮਰੀਕਾ 'ਚ ਦਾਖਲ ਕੈਸੇ ਇੰਤੇ ਦਾਖਲ ਹੋਣ ਲਈ ਜੰਗਲਾਂ ਚੋਂ ਲੰਘ ਕੇ ਬਾਰਡਰ ਟੱਪ ਕੇ ਵੀ ਉੱਥੇ ਜਾਣਾ ਚਾਹੁੰਦੇ ਆ ਉਹਨਾਂ ਲਈ ਸਟੂਡੈਂਟ ਵੀਜ਼ਾ ਤੇ ਬਹੁਤ ਵੱਡੀ ਸਹੂਲਤ ਹੈ ਸੁਵਿਧਾ ਹੈ ਤੇ ਇਹਨੂੰ ਤੇ ਉਹ ਲਗਜ਼ਰੀ ਸਮਝਦੇ ਨੇ ਤੇ ਜਿਹੜੇ ਵੀ ਸਟੂਡੈਂਟਸ ਜਿੰਨੇ ਵੀ ਇੱਥੇ ਪੜ ਚੁੱਕੇ ਨੇ ਜਾਂ ਜਾਂ ਜਿਨ੍ਹਾਂ ਦੀ ਪੜਾਈ ਚੱਲ ਰਹੀ ਹੈ ਉਹਨਾਂ ਨੂੰ ਆਪਣੀ ਪੜਾਈ ਕਰਨ ਤੋਂ ਬਾਅਦ ਜਾਂ ਤੇ ਆਪਣਾ ਵਰਕ ਪਰਮਿਟ ਅਪਲਾਈ ਕਰ ਲੈਣਾ 1 ਨਵੰਬਰ ਤੋਂ ਪਹਿਲਾਂ ਪਹਿਲਾਂ ਹਾਂ ਹਾਂ ਅਗਰ 1 ਨਵੰਬਰ ਤੋਂ ਬਾਅਦ ਅਪਲਾਈ ਕਰਦੇ ਨੇ ਤਾਂ ਉਹਨਾਂ ਨੂੰ ਇੰਗਲਿਸ਼ ਦਾ ਜਿਹੜਾ CLB ਲੈਵਲ ਹੈ ਉਹਨੂੰ ਸੈੱਵਨ ਕਰਨਾ ਪਵੇਗਾ ਜਿਹੜੇ ਮਾਸਟਰਸ ਗ੍ਰੈਜੂਏਟ ਜਾਂ ਬੈਚਲਰ ਅਜਾਂ ਕੋਈ ਹੋਰ ਯੂਨੀਵਰਸਿਟੀ ਦਾ ਪ੍ਰੋਗਰਾਮ ਕਰ ਰਹੇ ਨੇ ਅਤੇ ਜਿਹੜੇ ਕਾਲਜ ਦੇ ਚਾਹ ਡਿਪਲੋਮੇ ਕਰ ਰਹੇ ਨੇ 1 ਸਾਲ ਦੇ 2 ਸਾਲ ਦੇ ਉਹਨਾਂ ਨੂੰ CLB 5 ਲੈ ਕੇ ਤੇ ਆਪਣਾ PJWP ਅਪਲਾਈ ਕਰਨਾ ਪਵੇ। ਸਰਟਨ ਪ੍ਰੋਗਰਾਮ ਕਰਨ ਤੋਂ ਬਾਅਦ ਹੀ ਵਰਕ ਪਰਮਿਟ ਅਪਲਾਈ ਕਰ ਸਕਦੇ ਹੋ। ਕਰੀਅਰ ਹੈਲਥ케ਅਰ ਦੇ ਨੇ। ਹੂੰ ਹੂੰ। ਉਸ ਤੋਂ ਬਾਅਦ ਟਰਾਂਸਪੋਰਟ ਓਕੂਪੇਸ਼ਨ ਦੇ ਨੇ ਜੀ। ਉਸ ਤੋਂ ਬਾਅਦ ਟਰੇਡ ਦੇ ਨੇ। ਉਸ ਤੋਂ ਬਾਅਦ ਸਟੈਂਡ ਦੇ। then act of who agriculture and agri food ਜਿਹੜੇ ਕਹਿਣ ਵਾਲੇ ਨੇ ਜਿਹੜੇ ਹੁਣ ਜਾਣਦੇ ਨੇ ਮਾਰਕੀਟ ਨੂੰ ਸਾਨੂੰ ਆਟੋਵਾਚ ਬੈਠਿਆਂ ਨੂੰ ਤਾਂ ਨਹੀਂ ਪਤਾ ਲੱਗਦਾ ਉਹਨਾਂ ਦਾ ਕਹਿਣਾ ਹੈ ਕਿ ਜਦ ਤੱਕ ਤੁਸੀਂ ਐਲ ਐਮ ਆਈ ਵਾਲਾ ਸਿਸਟਮ ਖਤਮ ਨਹੀਂ ਕਰਦੇ ਤੁਸੀਂ ਜੋ ਮਰਜ਼ੀ ਕਰ ਲੋ ਬੰਦਾ ਕਹੇਗਾ ਮੈਨੂੰ ਬਸ ਤੁਸੀਂ ਕੈਨੇਡਾ ਪਹੁੰਚਾ ਦਿਓ ਅੱਗੇ ਜਾ ਕੇ ਤੇ ਮੈਂ ਐਲ ਐਮ ਆਈ ਖਰੀਦ ਲੈਣੀ ਹੋ ਸਕਤੀ ਹੋ ਰਹੀ ਜੀ ਦਿਨੋ ਦਿਨ ਬਹੁਤ ਜ਼ਿਆਦਾ ਸਖਤੀ ਹੋ ਰਹੀ ਐਲ ਐਮ ਆਈ ਦੀ ਗੱਲ ਕਰੀਏ ਐਲ ਐਮ ਆਈ ਦੀ ਰਿਜੈਕਸ਼ਨਾਂ ਵੀ ਆਣੀਆਂ ਸ਼ੁਰੂ ਹੋ ਜਾਣੀਆਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਰੂਲਸ ਦੇ ਵਿੱਚ ਕੁਝ ਚੇਂਜਸ ਵੱਡੀਆਂ ਚੇਂਜਸ ਕੀਤੀਆਂ ਜਾ ਰਹੀਆਂ ਜਿਹੜੀਆਂ 1 ਨਵੰਬਰ ਤੋਂ ਲਾਗੂ ਹੋਣੀਆਂ ਜਿਹਦੇ ਨਾਲ ਜੋ ਖਿਲਾਰਾ ਇਸ ਪਿਆ ਪਿਛਲੇ ਸਮੇਂ ਦੌਰਾਨ ਉਹਦੇ ਵਿੱਚ ਕੁਝ ਸੁਧਾਰ ਹੋਣ ਦੀ ਉਮੀਦ ਹੈ ਜਿਹੜੀਆਂ ਇਹ ਚੇਂਜਸ ਨੇ ਕੀ ਚੇਂਜਸ ਨੇ ਉਹਨਾਂ ਬਾਰੇ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਗੁਰਪ੍ਰੀਤ ਸਿੰਘ ਨੇ ਇਮੀਗ੍ਰੇਸ਼ਨ ਕੰਸਲਟੈਂਟ ਨੇ ਇਮੀਗ੍ਰੇਸ਼ਨ ਸੈਕਟਰ ਨਾਲ ਜੁੜੇ ਹੋਏ ਨੇ ਕੀ ਹਾਲ-ਚਲ ਤੁਹਾਡੇ ਸਤਿ ਸ਼੍ਰੀ ਅਕਾਲ ਸ਼ਮੀਰ ਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਗੁੱਡ ਮਾਰਨਿੰਗ ਜੀ ਇਹ ਜਿਹੜੀਆਂ ਚੇਂਜਸ ਇੱਕ ਤਰੀਕ ਤੋਂ ਲਾਗੂ ਹੋਣੀ ਆ 1 ਨਵੰਬਰ ਤੋਂ ਕੀ ਨੇ ਮੇਜਰ ਚੇਂजेस ਕੀ ਨੇ ਆਈਆਰਸੀਸੀ ਨੇ ਅਨਾਉਂਸ ਕਰ ਦਿੱਤਾ ਹੈ 18 ਸਤੰਬਰ ਨੂੰ ਇੱਕੜੀ ਅਪਡੇਟ ਆਈ ਸੀਗੀ ਹਮਮ ਆ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਲੈ ਕੇ ਉਦੋਂ ਹੀ ਆਈਆਰਸੀ ਤੇ ਨਾ ਹਲਾਕ ਰੱਖ ਦਿੱਤਾ ਸੀ ਸਾਰਿਆਂ ਨੂੰ ਜਿਹੜੇ ਵੀ ਵਰਕ ਪਰਮਿਟ ਅਪਲਾਈ ਕਰਨ ਜਾ ਰਹੇ ਨੇ 1 ਨਵੰਬਰ ਤੋਂ ਕਿ ਜਿਹੜੇ ਵੀ ਸਟੂਡੈਂਟਸ ਜਿੰਨੇ ਵੀ ਇੱਥੇ ਪੜ ਚੁੱਕੇ ਨੇ ਜਾਂ ਜਾਂ ਜਿਨ੍ਹਾਂ ਦੀ ਪੜਾਈ ਚੱਲ ਰਹੀ ਹੈ ਉਹਨਾਂ ਨੂੰ ਆਪਣੀ ਪੜਾਈ ਕਰਨ ਤੋਂ ਬਾਅਦ ਜਾਂ ਤੇ ਆਪਣਾ ਵਰਕ ਪਰਮਿਟ ਅਪਲਾਈ ਕਰ ਲੈਣਾ 1 ਨਵੰਬਰ ਤੋਂ ਪਹਿਲਾਂ ਪਹਿਲਾਂ ਹਮਮ ਅਗੁਰੇ 1 ਨਵੰਬਰ ਤੋਂ ਬਾਅਦ ਅਪਲਾਈ ਕਰਦੇ ਨੇ ਤਾਂ ਉਹਨਾਂ ਨੂੰ ਇੰਗਲਿਸ਼ ਦਾ ਜਿਹੜਾ CLB ਲੈਵਲ ਹੈ ਉਹਨੂੰ 7 ਕਰਨਾ ਪਵੇਗਾ ਜਿਹੜੇ ਮਾਸਟਰਸ ਗ੍ਰੈਜੂਏਟ ਜਾਂ ਬੈਚਲਰ ਕਰ ਰਹੇ ਨੇ ਜਾਂ ਕੋਈ ਹੋਰ ਯੂਨੀਵਰਸਿਟੀ ਦਾ ਪ੍ਰੋਗਰਾਮ ਕਰ ਰਹੇ ਨੇ ਅਤੇ ਜਿਹੜੇ ਕਾਲਜes ਵਿੱਚ ਡਿਪਲੋਮੇ ਕਰ ਰਹੇ ਨੇ 1 ਸਾਲ ਦੇ 2 ਸਾਲ ਦੇ ਉਹਨਾਂ ਨੂੰ CLB 5 ਲੈ ਕੇ ਤਾਂ ਆਪਣਾ PGWP ਅਪਲਾਈ ਕਰਨਾ ਪਵੇਗਾ ਹੁਣ ਆਪਾਂ ਗੱਲ ਕਰਦੇ ਹਾਂ ਜਿਹੜੀ 1 ਨਵੰਬਰ 2024 ਤੋਂ ਬਾਅਦ ਜਿਹੜੇ ਰੂਲ ਚੇਂਜ ਹੋ ਰਹੇ ਨੇ ਸਟੱਡੀ ਪਰਮਿਟ ਦੇ ਲੈ ਕੇ ਹਨ ਉਸ ਤੋਂ ਬਾਅਦ ਜਿਹੜੇ PGWP ਅਪਲਾਈ ਕਰਨ ਉਹਦੇ ਲੈ ਕੇ ਵੇਖੋ ਸ਼ਮਿਲ ਜੀ ਸਭ ਤੋਂ ਪਹਿਲਾਂ ਜਿੰਨੇ ਵੀ ਤੇ ਸਟੂਡੈਂਟ ਆਉਂਦੇ ਨੇ ਆਪਣੇ ਕੈਨੇਡਾ ਵਿੱਚ ਉਹ ਮੋਸਟਲੀ ਪੀਜੀਡਬਲਯੂਪੀ ਹੀ ਲੈਣ ਵਾਸਤੇ ਆਉਂਦੇ ਨੇ ਕਿ ਅਸੀਂ ਬਾਅਦ ਚ ਅਸੀਂ ਆਪਣਾ ਕੋਈ ਫਿਊਚਰ ਲਈ ਕੁਝ ਕਰਨਾ ਜਾਂ ਕੁਝ ਦੰਦ ਕਰਨਾ ਸੋ ਬੇਸਿਕਲੀ ਉਹਨਾਂ ਨੇ ਕੀ ਕਰਤਾ ਆਈਆਰਸੀਸੀ ਨੇ ਜਿਹੜੇ ਤੇ ਸਟੂਡੈਂਟ ਪਹਿਲਾਂ ਆਉਂਦੇ ਸੀਗੇ ਹੋਟਲ ਮੈਨੇਜਮੈਂਟ ਦਾ ਕੋਰਸ ਲੈ ਕੇ ਬਿਜ਼ਨਸ ਦਾ ਕੋਰਸ ਲੈ ਕੋਰਸ ਲੈ ਕੇ ਟੂਰਿਜ਼ਮ ਟਰੈਵਲ ਜਾਂ ਕੋਈ ਹੋਰ ਛੋਟੇ ਮੋਟੇ ਕੋਰਸ ਦੀ ਗੱਲ ਕਰੀਏ ਲੈ ਕੇ ਆਉਂਦੇ ਸੀਗੇ ਬੇਸਿਕ ਕੋਰਸ ਉਹਨਾਂ ਵਾਸਤੇ ਜੀ ਪੀਡਬਲਯੂਪੀ ਬਿਲਕੁਲ ਬੰਦ ਖਤਮ ਹੋ ਗਿਆ ਸਾਡੇ ਕੋਲ ਬਹੁਤ ਸਾਰੇ ਕੇਸਸ ਆਉਂਦੇ ਨੇ ਜਿਹੜੇ ਇੰਡੀਆ ਤੋਂ ਸਟੂਡੈਂਟ ਆਉਂਦੇ ਨੇ ਆਪਾਂ ਮੋਸਟਲੀ ਉਹਨਾਂ ਦੀ ਗੱਲ ਕਰਦੇ ਆਂ ਇੰਡੀਆ ਵਿੱਚ ਨਾ ਸਿਸਟਮ ਹੋ ਗਿਆ ਹੈ ਸਿੱਧਾ ਜਿਹੜੇ ਵੀ ਏਜੰਟ ਬੈਠੇ ਨੇ ਉਹਨਾਂ ਦਾ ਇੱਕ ਮਕਸਦ ਹੈ ਕਿ ਅਸੀਂ ਸਟੂਡੈਂਟ ਨੂੰ ਬਾਹਰ ਭੇਜਣਾ ਹੈ ਚਾਹੇ ਉਹ ਕਿਹੜੇ ਵੀ ਕਿਸੇ ਵੀ ਕਾਲਜ ਚ ਜਾਵੇ ਚਾਹੇ ਉਹ ਕੋਈ ਵੀ ਪ੍ਰੋਗਰਾਮ ਲੈ ਕੇ ਜਾਵੇ ਡੋਜ਼ਨਟ ਮੈਟਰ ਕਈਆਂ ਨੇ ਪੈਕੇਜ ਕੀਤਾ ਹੁੰਦਾ ਹੈ ਕਿ ਅਸੀਂ ਪੈਸੇ ਬਾਅਦ ਚ ਲਵਾਂਗੇ ਤੁਹਾਡਾ ਵੀਜ਼ਾ ਲੱਗਣ ਤੋਂ ਬਾਅਦ ਲਵਾਂਗੇ ਉਹਨਾਂ ਨੂੰ ਇੱਕ ਵੀਜ਼ਾ ਦੀਵਾਨ ਦਾ ਮਤਲਬ ਹੁੰਦਾ ਉਹਨਾਂ ਨੂੰ ਅੱਗੇ ਤਾਂ ਕੋਈ ਪਤਾ ਨਹੀਂ ਹੁੰਦਾ ਕਿ ਫਿਊਚਰ ਚ ਇਹਨੂੰ ਪੀਜੀਡਬਲਯੂਪੀ ਮਿਲੂਗਾ ਇਹਦੇ ਵਿੱਚ ਜਾਂ ਨਹੀਂ ਮਿਲੂਗਾ ਜਾਂ ਇਹਦੇ ਇੱਕ ਪੜਾਈ ਕਰਨ ਤੋਂ ਬਾਅਦ ਪੀਆਰ ਚ ਹੈਲਪ ਹੋਊਗੀ ਜਾਂ ਇਹਨੂੰ ਜੋਬ ਮਿਲੂਗੀ ਕੁਝ ਨਹੀਂ ਪਤਾ ਜੀ ਸਟੂਡੈਂਟ ਸਿਰਫ ਉੱਥੋਂ ਜਿਹੜਾ ਇੰਡੀਆ ਤੋਂ ਆਂਦਾ ਆ ਉਹ ਇੱਥੇ ਕੈਨੇਡਾ ਵੀਜ਼ਾ ਲੈ ਕੇ ਆਂਦਾ ਹੈ ਕਿ ਕੈਨੇਡਾ ਜਾਣ ਦੇਖੋ ਆਪਾਂ ਨੂੰ ਇੱਕ ਗੱਲ ਸਾਨੂੰ ਸਾਡੇ ਸਿਸਟਮ ਵਾਲਿਆਂ ਨੂੰ ਸਮਝ ਆਉਣੀ ਚਾਹੀਦੀ ਆਪਾਂ ਉਸ ਕਲਚਰ ਨਾਲ ਉਹਨਾਂ ਲੋਕਾਂ ਨਾਲ ਡੀਲ ਕਰ ਰਹੇ ਆ ਹਾਂਜੀ ਜਿਹੜੇ ਅਮਰੀਕਾ ਚ ਦਾਖਲ ਹੋਣ ਲਈ ਦੁਨੀਆ ਦੇ ਕਿਸੇ ਹੋਰ ਹਿੱਸੇ ਚ ਦਾਖਲ ਹੋਣ ਲਈ ਜੰਗਲਾਂ ਚੋਂ ਲੰਘ ਕੇ ਬਾਰਡਰ ਟੱਪ ਕੇ ਵੀ ਉੱਥੇ ਜਾਣਾ ਚਾਹੁੰਦੇ ਆਂ। ਜਾਣਾ ਚਾਹੁੰਦੇ ਹਾਂ ਜੀ। ਉਹਨਾਂ ਨੂੰ ਅਸੀਂ ਇੱਕ ਵਾਰ ਅਸੀਂ ਪਹੁੰਚ ਜਾਈਏ। ਉਹਨਾਂ ਲਈ ਸਟੂਡੈਂਟ ਵੀਜ਼ਾ ਤੇ ਬਹੁਤ ਵੱਡੀ ਸਹੂਲਤ ਹੈ, ਸੁਵਿਧਾ ਹੈ ਤੇ ਇਹਨੂੰ ਤੇ ਉਹ ਲਗਜ਼ਰੀ ਸਮਝਦੇ ਨੇ। ਬਹੁਤ ਵੱਡੀ ਹਾਂਜੀ। ਇੱਕ ਦਿਨ ਨਾ ਮੈਂ ਚ ਗਿਆ ਸੀ ਸਕਾਰਬਰੋ। ਉੱਥੇ ਇੱਕ ਕਾਲਜ ਹੈ ਪ੍ਰਾਈਵੇਟ। ਉਹਦੇ ਬਾਹਰ ਲਾਈਨਾਂ ਲੱਗੀਆਂ ਸੀਗੀਆਂ। ਆਪਣੇ ਸਟੂਡੈਂਟਸ ਜਿੰਨੇ ਪੜਨ ਆਏ ਸੀਗੇ। ਮੈਂ ਦੇਖੇ ਰਾਨ ਹੋ ਗਿਆ ਉਹਨਾਂ ਨੂੰ ਵੀ ਪਤਾ ਹੈ ਕਿ ਉਹਨੂੰ ਉਸ ਤੋਂ ਬਾਅਦ ਵਰਕ ਪਰਮਿਟ ਨਹੀਂ ਮਿਲਣਾ ਐਂਡ ਸਟਿਲ ਉੱਥੇ ਸਟੂਡੈਂਟ ਇੰਨਾ ਸੀਗਾ ਕਿ ਹਿਸਾਬ ਹੀ ਨਹੀਂ ਸੀਗਾ ਜਿਹੜੇ ਪਰਦੇ ਸੀਗੇ ਪ੍ਰਾਈਵੇਟ ਕਾਲਜਾਂ ਵਿੱਚ ਉਹਨਾਂ ਨੂੰ ਇਹ ਵੀ ਪਤਾ ਹੁਣ ਉਸ ਤੋਂ ਬਾਅਦ ਕਈ ਕਾਲਜ ਸਿੱਧਾਂਦੇ ਨੇ ਜਿਹੜੇ ਕਹਿੰਦੇ ਨੇ ਕਿ ਅਸੀਂ ਤੁਹਾਨੂੰ 1 ਸਾਲ ਇੱਥੇ ਪੜ੍ਹ ਲਓ ਦੂਜਾ ਸਾਲ ਕਿਤੇ ਹੋਰ ਕਾਲਜ ਕਰਾ ਕੇ ਤੁਹਾਨੂੰ ਕਰ ਦਾਂਗੇ ਉਹ ਵੀ ਹੁਣ ਸਾਡੇ ਕੋਲ ਵਾਪਸ ਆ ਰਹੇ ਨੇ ਕਹਿ ਰਹੇ ਨੇ ਕਿ ਨਹੀਂ ਸਾਡਾ ਕੁਝ ਨਹੀਂ ਬਣ ਰਿਹਾ ਇੱਥੇ ਤੁਸੀਂ ਇਮੀਗ੍ਰੇਸ਼ਨ ਕੰਸਲਟੈਂਟਸ ਦੀ ਗੱਲ ਕਰ ਰਹੇ ਮੇਰੇ ਕੋਈ ਵਾਕਫ ਨੇ ਤੇ ਇੰਡੀਆ ਚ ਜਿਹੜੇ ਸਟੂਡੈਂਟ ਵੀਜ਼ਾ ਵਗੈਰਾ ਦਾ ਕਰਦੇ ਨੇ ਹਾਂਜੀ ਮੈਂ ਉਹਨਾਂ ਨਾਲ ਇਹੀ ਗੱਲਾਂ ਕਰਨ ਲੱਗ ਗਿਆ ਕਿ ਤੁਸੀਂ ਇਹ ਕਿਸ ਤਰ੍ਹਾਂ ਜਾ ਰਹੇ ਵੀ ਕੀ ਕਰਦੇ ਹੋ ਹਾਂਜੀ ਉਹ ਕਹਿੰਦੇ ਜੀ ਅਸੀਂ ਕਿਸੇ ਨੂੰ ਸਹੀ ਰਾਏ ਦੇ ਦਈਏ ਨਾ ਅੱਛਾ ਜੀ ਤੇ ਉਹ ਸਾਨੂੰ ਕਹਿੰਦਾ ਵੀ ਤੂੰ ਤੇ ਤੈਨੂੰ ਨਹੀਂ ਆਉਂਦਾ ਕੋਈ ਵੀ ਕੰਮ ਕਿਉਂਕਿ ਉਹ ਕਹਿੰਦਾ ਇਸ ਮਾਈਂਡ ਸੈਟ ਨਾਲ ਆਉਂਦੇ ਨੇ ਹਾਂਜੀ ਵੀ ਅਸੀਂ ਕੁਆਲੀਫਾਈ ਕਰਦੇ ਆ ਜਾਂ ਨਹੀਂ ਕਰਦੇ ਸਾਡੇ ਪੇਪਰ ਪੂਰੇ ਨੇ ਜਾਂ ਨਹੀਂ ਪੂਰੇ ਅਸੀਂ ਤੈਨੂੰ ਪੈਸੇ ਦੇਣੇ ਤੂੰ ਸਾਨੂੰ ਕਿਵੇਂ ਵੀ ਪਹਚਾ ਕੈਨੇਡਾ ਪਹਚਾ ਹਾਂਜੀ ਨਹੀਂ ਇਦਾਂ ਹੀ ਹੈਗਾ ਮੈਂ ਤੁਹਾਨੂੰ ਆਪਣੀ ਐਗਜ਼ੈਂਪਲ ਦੇ ਦਿੰਦਾ ਅਸੀਂ ਕਿਸੇ ਦਾ ਵਰਕ ਪਰਮਿਟ ਅਪਲਾਈ ਕਰਨਾ ਸੀਗਾ ਪੀ ਜੀ ਡਬਲਯੂ ਪੀ ਐਂਡ ਅਸੀਂ ਸਟੂਡੈਂਟ ਕੋਲ ਜਿਹੜੇ ਆਡੇ ਕੋਲ ਆਏ ਕਰਾਉਣਾ ਸਪਲਾਈ ਅਸੀਂ ਉਹਨਾਂ ਨੂੰ ਦੋ ਕੁ ਫਾਰਮ ਦਿੱਤੇ ਕਿ ਭਰ ਕੇ ਦਿਓ ਸਾਨੂੰ ਤੁਹਾਡੀ ਬੈਕਗ੍ਰਾਉਂਡ ਹਿਸਟਰੀ ਚਾਹੀਦੀ ਹੈ ਤੁਸੀਂ ਕਿੱਥੇ ਪੜੇ ਹੋ ਜਾਂ ਤੁਸੀਂ ਕੀ ਕੰਮ ਕੀਤਾ ਆ ਚਾਹੇ ਇੰਡੀਆ ਚ ਕੀਤਾ ਆ ਚਾਹੇ ਇੱਥੇ ਕੀਤਾ ਆ ਤੁਹਾਨੂੰ ਤੁਹਾਡਾ ਸਾਰਾ ਡੀਟੇਲਸ ਚਾਹੀਦੀ ਹੈ ਅਨ ਉਹਨਾਂ ਨੇ ਮੈਨੂੰ ਗੁਏ ਕੁਐਸਚਨ ਕੀਤਾ ਕਿ ਮੈਂ ਆਨਸਰ ਦਿੱਤਾ ਕਿ ਅਸੀਂ ਜਿਹੜੇ ਪਿਛਲੇ ਏਜੰਟ ਕੋ ਫਾਈਲ ਲਵਾਈ ਸੀਗੀ ਸਟੱਡੀ ਪਰਮਨ ਐਕਸਟੈਂਸ਼ਨ ਦੀ ਹੂੰ ਹੂੰ ਉਹਨਾਂ ਸਾਡਾ ਕੁਝ ਹੋਰ ਵੀ ਮੰਗੇ ਤੁਸੀਂ ਕਿੰਨੇ ਫਾਰਮ ਭਰਾਈ ਜਾਂਦੇ ਹੋ ਉਹ ਜਿਹੜੇ ਵੀ ਅਸੀਂ ਫਾਰਮ ਭਰਾ ਰਹੇ ਹਾਂ ਉਹ ਉਹਨਾਂ ਦੇ ਫਾਰਮ ਉਹਨਾਂ ਦੀ ਇਨਫੋਰਮੇਸ਼ਨ ਹੀ ਅਸੀਂ ਉੱਥੇ ਹੀ ਭਰਨੀ ਹੂੰ ਹੂੰ ਸੋ ਉਹਦੇ ਵਿੱਚ ਵੀ ਸ਼ੋਰਟਕਟ ਕਹਿੰਦੇ ਨੇ ਕਿ ਨਹੀਂ ਨਹੀਂ ਉਹ ਫਲਾਣ ਨੇ ਤੇ ਇਦਾਂ ਕੀਤਾ ਸੀਗਾ ਤੁਸੀਂ ਇੰਨੇ ਡਾਕੂਮੈਂਟਸ ਮੰਗੀ ਜਾਂਦੇ ਹੋ ਜਾਂ ਤੁਹਾਡੇ ਇੰਨੇ ਪ੍ਰੂਫ ਮੰਗੀ ਜਾਂਦੇ ਹੋ ਹੂੰ ਹੂੰ ਚਾਹੇ ਕੋਈ ਕਹਿੰਦਾ ਸ਼ੋਰਟਕਟ ਕਰੋ ਬਟ ਅਸੀਂ ਸਿਆਣੇ ਆ ਸਾਨੂੰ ਅੱਗੇ ਪਤਾ ਕੀ ਹੁਣ ਮੈਂ ਜਿਹੜਾ ਕੁਝ ਹੁਣ ਹੋ ਰਿਹਾ ਆਪਾਂ ਦੇਖ ਹੀ ਰਹੇ ਆ ਬਹੁਤ ਜ਼ਿਆਦਾ ਮੜ ਹੋ ਰਿਹਾ ਜੀ ਜਿਹੜਾ ਪ੍ਰੋਗਰਾਮ ਹੈ ਵਾਈਸਲੀ ਚੂਜ਼ ਕਰਨਾ ਚਾਹੀਦਾ ਰਾਈਟ ਨਾਉ ਇਹ ਨਾ ਹੋਵੇ ਤੁਸੀਂ ਇੰਡੀਆ ਤੋਂ ਇੱਥੇ ਪੜਨ ਆਓ ਆਉਣ ਤੋਂ ਬਾਅਦ ਇਹ ਤੁਹਾਨੂੰ ਪਤਾ ਲੱਗੇ ਸਾਨੂੰ ਤਾਂ ਪੀ ਜੀ ਡਬਲਯੂ ਪੀ ਹੀ ਨਹੀਂ ਮਿਲਣਾ ਕਿ ਪ੍ਰਾਈਵੇਟ ਕਾਲਜ ਤਾਂ ਪਹਿਲਾਂ ਹੀ ਉੱਡ ਗਏ ਸੀ ਉੱਡ ਗਏ ਹਾਂਜੀ ਜਿਹੜੇ ਹੁਣ ਇਹ ਪਬਲਿਕ ਕਾਲਜਸ ਨੇ ਇਹਨਾਂ ਚ ਵੀ ਪੜਨ ਵਾਲੇ ਨੂੰ ਹਰ ਕਿਸੇ ਨੂੰ ਵਰਕ ਪਰਮਿਟ ਨਹੀਂ ਮਿਲਣਾ ਨਹੀਂ ਮਿਲਣਾ ਜੀ ਤੇ ਸਿਰਫ ਸਰਟਨ ਕੁਝ ਪ੍ਰੋਗਰਾਮ ਨੇ ਹਾਂਜੀ ਜਿਹੜੇ ਕੁਆਲੀਫਾਈ ਕਰਦੇ ਨੇ ਵਰਕ ਪਰਮਿਟ ਵਾਸਤੇ ਹਾਂਜੀ ਹੁਣ ਉਹ ਜਿਹੜੇ ਉਹ ਰਹਿ ਗਏ ਨੇ ਪ੍ਰੋਗਰਾਮ ਕਿਹੜੇ ਕਿਹੜੇ ਨੇ ਉਹ ਜਿਹੜੇ ਮੇਨ ਮੇਨ ਪ੍ਰੋਗਰਾਮ ਜਿੱਦਾ ਹੋਟਲ ਮੈਨੇਜਮੈਂਟ ਨੇ ਜਾਂ ਬਿਜ਼ਨਸ ਦੀ ਆਪਾਂ ਗੱਲ ਕਰਦੇ ਸੀ ਕਿ ਲਾਸਟ ਟਾਈਮ ਇੱਕ ਮੋਸਟਲੀ ਸਟੂਡੈਂਟ ਬਿਜ਼ਨਸ ਕਰਨ ਨਹੀਂ ਆਉਂਦੇ ਤੇ ਪ੍ਰੋਗਰਾਮ ਉੱਡ ਗਿਆ ਜੀ ਉਹਦੇ ਵਿੱਚ ਤੁਹਾਨੂੰ ਵਰਕ ਪਰਮਿਟ ਨਹੀਂ ਮਿਲਣਾ ਉਸ ਤੋਂ ਬਾਅਦ ਟੂਰਿਜ਼ਮ ਐਂਡ ਟਰੈਵਲ ਦੇ ਪ੍ਰੋਗਰਾਮ ਨੇ ਜਾਂ ਆਪਾਂ ਗੱਲ ਕਰੀਏ ਕੋਈ ਬੇਸਿਕ ਬੇਸਿਕ ਪ੍ਰੋਗਰਾਮ ਨੇ ਉਹਨਾਂ ਤੋਂ ਬਾਅਦ ਸਭ ਖਤਮ ਨੇ ਹੁਣ ਪ੍ਰੋਗਰਾਮ ਕਿਹੜੇ ਨੇ ਜੇ ਤੋਂ ਬਾਅਦ ਤੁਹਾਨੂੰ ਪੀਯੂ ਡੋਲਚੂ ਵੀ ਮਿਲਣਾ ਹੈ ਦੇਖੋ ਜੇ ਤਾਂ ਤੁਸੀਂ ਅਸੀਂ ਆਲਵੇਸ ਇਹ ਗੱਲ ਕਹਿੰਦੇ ਹਾਂ ਕਿ ਜੇ ਤੁਸੀਂ ਬੈਚਲਰ ਇੰਡੀਆ ਤੋਂ ਕਰ ਲਈਏ ਤੇ ਤੁਸੀਂ ਡਿਪਲੋਮਾ ਕਿਉਂ ਤੁਸੀਂ ਹਾਇਰ ਸਟੱਡੀ ਕਰੋ ਕੈਨੇਡਾ ਦੀ ਜਿੱਦਾਂ ਜਿੰਨੂੰ ਆਪਾਂ ਕਹਿੰਨੇ ਮਾਸਟਰਸ ਹੂੰ ਤੁਸੀਂ ਮਾਸਟਰਸ ਕਰੋ ਮਾਸਟਰਸ ਤੁਸੀਂ ਕਿਸੇ ਵੀ ਫੀਲਡ ਚ ਕਰ ਸਕਦੇ ਹੋ ਐਂਡ ਮਾਸਟਰਸ ਕਰਨ ਤੋਂ ਬਾਅਦ ਤੁਹਾਨੂੰ ਸੀਐਲਬੀ 7 ਲੈਣਾ ਪੈਣਾ ਹੁਣ ਸ਼ਮਿਲ ਜੀ ਸੀਐਲਬੀ 7 ਦਾ ਬੜਾ ਚੱਕਰ ਪਿਆ ਉਹ ਕਈਆਂ ਨੂੰ ਨਹੀਂ ਸਮਝ ਲੱਗ ਰਹੀ ਕਿ ਸੀਐਲਬੀ 7 ਨੂੰ ਮਤਲਬ ਕਿੰਨਾ ਕੋਈ ਬੈਂਡ ਆਗੇ ਜਾਂ ਕਿੰਨੇ ਦੇਖੋ 6 ਇਚ ਬੈਂਡ ਨੇ ਕਿੱਡੀ ਕੁ ਵੱਡੀ ਗੱਲ ਜੇ ਅਸੀਂ ਇੰਡੀਆ ਤੋਂ 6.5 7 ਬੈਂਡ ਲੈ ਕੇ ਆਣੇ ਪਏ ਪੜਨਾਸ ਨਹੀਂ 6 ਬੈਂਡ ਲੈ ਕੇ ਆਣੇ ਪਿਆ ਤੇ ਸੀਐਲਬੀ 7 ਸਿਕਸ ਇਚ ਬੈਂਡ ਤੁਸੀਂ ਲੈ ਕੇ ਆਪਣਾ ਪੀਜੀਡਲ ਜਪੀ ਅਪਲਾਈ ਕਰ ਸਕਦੇ ਹੋ ਜੇਕਰ ਤੁਸੀਂ ਮਾਸਟਰਸ ਜਾਂ ਪੀਐਚਡੀ ਦਾ ਪ੍ਰੋਗਰਾਮ ਕਰਨ ਆ ਰਹੇ ਹੋ ਇਥੇ ਕਾਲਜes ਵਿੱਚ ਜਾਂ ਬੈਚਲਰ ਦਾ ਪ੍ਰੋਗਰਾਮ ਕਰ ਰਹੇ ਹੋ ਤਾਂ ਤੁਸੀਂ ਵਿਦਆਊਟ ਆਪਣਾ ਕੋਈ ਵੀ ਪ੍ਰੋਗਰਾਮ ਲੈ ਕੇ ਆਪਣਾ ਪੀਜੀਡਲ ਜਪੀ ਅਪਲਾਈ ਕਰੋਗੇ ਜੇਕਰ ਤੁਸੀਂ ਆਪਣਾ ਵਰਕ ਪਰਮਿਟ ਸਟੱਡੀ ਪਰਮਿਟ ਅਪਲਾਈ ਕਰ ਰਹੇ ਹੋ 1 ਨਵੰਬਰ 2024 ਤੋਂ ਬਾਅਦ ਹੁਣ ਕਈ ਪ੍ਰੋਗਰਾਮ ਯੂਨੀਵਰਸਿਟੀ ਕਾਲਜes ਸਿੱਧਾਂ ਦੇ ਹੁੰਦੇ ਨੇ ਜਿਹਦੇ ਵਿੱਚ ਤੁਸੀਂ ਜਿੱਦਾਂ ਕੋਈ ਲੈਸੇ ਪੋਸਟ ਗ੍ਰੈਜੂਏਟ ਡਿਪਲੋਮਾ ਹੋ ਗਿਆ ਜਾ ਤੁਸੀਂ ਆਪਾਂ ਗੱਲ ਕਰੀਏ ਕਿ ਕਾਲਜਿਸ ਜਿਹੜੇ ਨੇ ਜਿੱਦਾਂ ਪਬਲਿਕ ਕਾਲਜਿਸ ਦੀ ਗੱਲ ਕਰੀਏ ਸ਼ੈਰਡਨ ਮੋਹਾਕ ਹੰਬਰ ਇਹਨਾਂ ਦੇ ਕਾਲਜਾਂ ਦੀ ਗੱਲ ਕਰੀਏ ਉਹਨਾਂ 'ਚ ਤੁਸੀਂ ਸਰਟਨ ਪ੍ਰੋਗਰਾਮ ਕਰਨ ਤੋਂ ਬਾਅਦ ਹੀ ਆਪਣਾ ਵਰਕ ਪਰਮਿਟ ਅਪਲਾਈ ਕਰ ਸਕਦੇ ਹੋ ਉਹ ਪ੍ਰੋਗਰਾਮ ਆਪਾਂ ਗੱਲ ਕਰੀਏ ਹੈਲਥ케ਅਰ ਦੇ ਨੇ ਉਸ ਤੋਂ ਬਾਅਦ ਟਰਾਂਸਪੋਰਟ ਓਕੂਪੇਸ਼ਨ ਦੇ ਨੇ ਜੀ ਉਸ ਤੋਂ ਬਾਅਦ ਟ੍ਰੇਡ ਦੇ ਨੇ ਉਸ ਤੋਂ ਬਾਅਦ ਸਟੇਮ ਦੇ ਦੈਨ ਅ ਫੂ ਅਗਰੀਕਲਚਰ ਐਂਡ ਐਗਰੀ ਫੂਡ ਦੇ ਪ੍ਰੋਗਰਾਮ ਸੋ ਉਹ ਸਰਟਨ ਸੈਕਟਰਸ ਨੇ ਜਿਹੜੇ ਗਵਰਨਮੈਂਟ ਨੇ ਡਿਫਾਈਨ ਕੀਤੇ ਨੇ ਜਿਨ੍ਹਾਂ 'ਚ ਕੈਨੇਡਾ 'ਚ ਤਾਂ ਨੂੰ ਵਰਕਰਸ ਦੀ ਜ਼ਰੂਰਤ ਹੈ ਵਰਕਰਸ ਦੀ ਜ਼ਰੂਰਤ ਹੈ ਐਂਡ ਵਧੀਆ ਚੀਜ਼ ਇਹ ਵੀ ਹੋਗੀ ਜੀ ਤੁਸੀਂ ਇਹ ਪੜਾਈਆਂ ਕਰਨ ਤੋਂ ਬਾਅਦ ਤੁਹਾਨੂੰ ਈਜ਼ੀਲੀ ਜੌਬ ਮਿਲੂਗੀ ਕਿਉਂਕਿ ਦੇਖੋ ਜਿਹੜਾ ਸਟੂਡੈਂਟ ਹੈਲਥ ਕੇਅਰ ਦਾ ਪ੍ਰੋਗਰਾਮ ਕਰ ਲੇਗਾ 2 ਸਾਲ ਦਾ ਓਬਵੀਅਸ ਗੱਲ ਹੈ ਜੀ ਉਹਦੀ ਕੋਈ ਜੌਬ ਓਪਰਚ्युनिटी ਹੋਊਗੀ ਹੈਲਥ ਕੇਅਰ ਚ ਐਂਟਰ ਹੋਣ ਦੀ ਹੁਣ ਅੱਗੇ ਜਾ ਕੇ ਵੀ ਗਵਰਨਮੈਂਟ ਆਲਰੇਡੀ ਅਸੀਂ ਕਿ ਦੇਖੇ ਕਿ ਟਾਰਗੇਟ ਡਰੋ ਕੱਢ ਰਹੇ ਨੇ ਉਹਨਾਂ ਵਿੱਚ ਵੀ ਇਹੀ 5 6 ਸੈਕਟਰ ਆਂਦੇ ਹੀ ਪਏ ਨੇ ਤੋਂ ਤੁਹਾਨੂੰ ਦੇਖੋ ਜੀ ਜਿਹੜੇ ਜਿਹੜੇ ਕਹਿਣ ਵਾਲੇ ਨੇ ਜਿਹੜੇ ਹੁਣ ਜਾਣਦੇ ਨੇ ਮਾਰਕੀਟ ਨੂੰ ਸਾਨੂੰ ਆਟੋਵਾਚ ਬੈਠ ਉਹਨਾਂ ਦਾ ਕਹਿਣਾ ਕਿ ਜਦ ਤੱਕ ਤੁਸੀਂ ਐਲ ਐਮ ਆਈ ਵਾਲਾ ਸਿਸਟਮ ਖਤਮ ਨਹੀਂ ਕਰਦੇ ਤੁਸੀਂ ਜੋ ਮਰਜ਼ੀ ਕਰ ਲੋ ਬੰਦਾ ਕਹੇਗਾ ਮੈਨੂੰ ਬਸ ਤੁਸੀਂ ਕੈਨੇਡਾ ਪਹੁੰਚਾ ਦਿਓ ਅੱਗੇ ਜਾ ਕੇ ਤੇ ਮੈਂ ਐਲ ਐਮ ਆਈ ਖਰੀਦ ਲੈਣੀ ਨਹੀਂ ਐਲ ਐਮ ਆਈ ਦਾ ਕੰਮ ਬੰਦ ਹੈ ਜੀ ਆਲਮੋਸਟ ਬੰਦ ਹੋ ਗਿਆ ਐਲ ਐਮ ਆਈ ਦਾ ਕੰਮ ਵੀ ਹੁਣ ਦੇਖੋ ਇੱਕ ਚੱਲਾ ਪਏ ਦੀ ਵੀ ਅੱਜ ਗੱਲ ਕਰ ਲੈਣੇ ਹੁਣ ਦੇਖੋ ਐਲ ਐਮ ਆਈ ਦੀ ਆਪਾਂ ਗੱਲ ਕਰੀਏ ਸ਼ਮਿਲ ਜੀ ਐਲ ਐਮ ਆਈ ਇਹ ਪਹਿਲਾਂ ਸੀਗਾ ਸਿਸਟਮ ਇਦਾਂ ਦਾ ਕਿ ਤੁਸੀਂ ਲੋ ਵੇਜ ਤੇ ਵੀ ਲੈ ਸਕਦੇ ਹੋ ਤੁਸੀਂ ਮੀਡੀਅਨ ਵੇਜ ਤੇ ਵੀ ਪਾ ਕੇ ਤੁਸੀਂ ਡਿਊਲਿੰਟੈਂਟ ਐਲਐਮਆਈ ਲੈ ਸਕਦੇ ਹੁਣ ਐਲਐਮਆਈ ਦਾ ਕੰਮ ਹੀ ਹਾਈਵੇਜ ਤੇ ਕਰ ਦਿੰਦਾ ਹੁਣ ਹਾਈਵੇਜ ਤੇ EMPLOYER ਕਿੰਨੇ ਕੁ ਨੂੰ ਸਪੋਰਟ ਕਰ ਦੋਗੇ ਐਲਮਈਏ ਦੇ ਉੱਪਰ ਉਸ ਤੋਂ ਬਾਅਦ ਆਪਾਂ ਗੱਲ ਉਹਦੇ ਲਈ ਘਟੋਕੜ ਰੈਸਟੋਰੈਂਟ ਵਰਕਰ ਨਹੀਂ ਹੋਏਗਾ ਰੈਸਟੋਰੈਂਟ ਵਰਕਰ ਜੇ ਹੋਏਗਾ ਵੀ ਸ਼ਮੀਲ ਜੀ ਉਹਦੀ ਪੇ ਐਟ ਲੀਸਟ 29 ਡਾਲਰ ਘੰਟੇ ਦੀ ਹੋਏਗੀ ਤਾਂ ਜਾ ਕੇ ਐਲਮੈ ਨਿਕਲਣ ਐਂਡ ਉਸ ਤੋਂ ਬਾਅਦ ਆਪਾਂ ਗੱਲ ਕਰੀ ਅਨ EMPLOYMENT ਰੇਟ ਜਿੱਥੇ 6% ਤੋਂ ਹਾਇਰ ਉਥੇ ਐਲਮਈ ਅਪਰੂਵ ਨਹੀਂ ਹੋਣੀ ਹੂੰ ਸੋ ਇਹ ਵੀ ਚੀਜ਼ ਨਾਲ ਦੇ ਨਾਲੇ ਗਵਰਨਮੈਂਟ ਨੇ ਵੈਬਸਾਈਟ ਦੇ ਉੱਪਰ ਸਾਰੀਆਂ ਹੀ ਬਹੁਤ ਸਖਤੀ ਹੋ ਰਹੀ ਜੀ ਦਿਨੋ ਦਿਨ ਬਹੁਤ ਜ਼ਿਆਦਾ ਸਖਤੀ ਹੋ ਰਹੀ ਐਲਐਮਆਈ ਦੀ ਗੱਲ ਕਰੀਏ ਐਲਐਮਆਈ ਦੀ ਰਿਜੈਕਸ਼ਨਾਂ ਵੀ ਆਣੀਆਂ ਸ਼ੁਰੂ ਹੋ ਜਾਣੀਆਂ ਕਿਉਂਕਿ ਕਈ 엠ਪਲੋਇਰ ਫਾਲ ਨਹੀਂ ਕਰਦੇ ਕ੍ਰਾਈਟੇਰੀਆ ਵਿੱਚ ਸੋ ਐਲਐਮਆਈ ਆਪਾਂ ਕਹਿ ਦਿੰਦੇ ਆ ਉਥੇ ਇੰਡੀਆ ਵਿੱਚ ਵੀ ਕਹਿ ਦਿੰਦੇ ਜਾਓ ਤਾਂ ਉਹਨਾਂ ਐਲਐਮਏ ਲੈ ਕੇ ਤੁਸੀਂ ਕਰ ਲਓ ਬਟ ਸ਼ਮੀਲ ਜੀ ਐਲਐਮਆਈ ਵਿੱਚ ਵੀ ਬਹੁਤ ਚੀਜ਼ਾਂ ਮੈਟਰ ਕਰਦੀਆਂ ਵਰਕ ਐਕਸਪੀਰੀਅੰਸ ਦੈਨ 엠ਪਲੋਇਰ ਦੀ ਐਲੀਜੀਬਿਲਟੀ ਦੈਨ ਉਸ ਤੋਂ ਬਾਅਦ ਹੁਣ ਦੇਖੋ ਵਿਜ਼ਟਰ ਦੀ ਗੱਲ ਕਰੀਏ ਵਿਜ਼ ਅਨ ਬੋਰਡਰ ਤੇ ਜਾ ਕੇ ਜੇ ਕੋਈ ਵਿਜ਼ਟਰ ਜੈਨੂਨ ਚ ਆ ਰਿਹਾ ਇਥੇ ਐਲੋਮੀ ਲੈ ਕੇ ਬੋਰਡਰ ਤੇ ਜਾ ਰਿਹਾ ਤੇ ਉਹਦੀ ਇੰਗਲਿਸ਼ ਵਧੀਆ ਆ ਜਾਂ ਉਹਨੂੰ ਨੋਲਿਜ ਹੈ ਕਿ ਫੇਰ ਹੀ ਵਰਕ ਪਰਮਿਟ ਲਊਗਾ ਨਾ ਜਾ ਕੇ ਉੱਥੇ ਅੱਛਾ ਜਿਹੜਾ ਇਹ ਪਾ ਵਰਕ ਪਰਮਿਟ ਦੀ ਗੱਲ ਕਰ ਰਹੇ ਆ ਇਹਦੇ ਬਾਰੇ ਇੱਕ ਸਵਾਲ ਹੈ ਕਿ ਜੇ ਕੋਈ ਆਪਣਾ ਜਿਹੜਾ ਸਟੱਡੀ ਪਰਮਿਟ ਐਪਲੀਕੇਸ਼ਨ ਹੈ ਹਾਈ ਕਮਿਸ਼ਨ ਨੂੰ ਸਬਮਿਟ ਕਰਦਾ ਇੰਡੀਆ ਚ ਕਿ ਨਵੰਬਰ ਤੋਂ ਪਹਿਲਾਂ ਹਾਂਜੀ ਕੀ ਉਹ ਕੁਆਲੀਫਾਈ ਕਰੇਗਾ ਪੁਰਾਣੇ ਰੂਲ ਦੇ ਤੇ ਮੁਤਾਬਕ ਹੋਰ ਪਰਮਿਟ ਹੋਰ ਸ਼ੋਰ ਕਰੇਗਾ ਜੇਕਰ 1 ਨਵੰਬਰ 2024 ਤੋਂ ਪਹਿਲਾਂ ਆਪਣਾ ਸਟੱਡੀ ਪਰਮਿਟ ਕਰ ਦਿੰਦਾ ਅਪਲਾਈ ਨਹੀਂ ਨਹੀਂ ਸਟੱਡੀ ਪਰਮਿਟ ਸਟੱਡੀ ਪਰਮਿਟ ਲਈ ਅਪਲਾਈ ਕਰਦਾ ਸਟੱਡੀ ਪਰਮਿਟ ਹਾਂਜੀ ਜਿੰਨਾ ਕਰਕੇ ਤਾਂ ਇੱਕ ਜੇਕਰ ਉਹਦੀ ਐਪਲੀਕੇਸ਼ਨ 1 ਨਵੰਬਰ 2024 ਤੋਂ ਪਹਿਲਾਂ ਲੱਗ ਜਾਂਦੀ ਹੈ ਥੈਨ ਉਹ ਆ ਕੇ ਕਿਸੇ ਵੀ ਫੀਲਡ 'ਚ ਪੜਨ ਤੋਂ ਬਾਅਦ ਆਪਣਾ ਵਰਕ ਵਰਕ ਪਰਮਨ ਅਪਲਾਈ ਕਰ ਸਕਦੇ ਹੋ ਬਸ਼ਰਤੇ ਉਹ ਜਿਹੜੇ ਰੂਲਸ ਨੇ ਹਾਂਜੀ ਜਿਹੜੇ ਮਰਜ਼ੀ ਰੂਲ ਨੇ ਜਿਹੜੇ ਹੋ ਲੈਂਗੁਏਜ ਵਾਲੇ ਉਹ ਤੇ ਉਹ ਲੈਂਗੁਏਜ ਵਾਲੇ ਤੇ ਲੱਗਣਗੇ ਲੱਗੂਗੇ ਜੀ ਕਿਉਂਕਿ ਉਹਨਾਂ ਨੇ ਜਦੋਂ ਵੀ ਆਣਾ ਆ ਤੇ ਨਵੰਬਰ ਤੱਕ ਤੇ ਜਿੱਦਾਂ ਆਪਾਂ ਗੱਲ ਕਰੀ ਉਹਦੀ ਸਟੱਡੀ ਨਹੀਂ ਡਨ ਹੋਣੀ 1 ਨਵੰਬਰ ਤੱਕ ਸੋ ਉਹਨਾਂ ਨੂੰ ਅਗਲੇ ਚ ਕਰਨਾ ਪੈਣਾ ਜੀ ਲੈਂਗੁਏਜ ਦੇ ਕਰਨੇ ਪੈਣਾ ਤੇ ਜਿਹੜੇ ਆਲਰੇਡੀ ਸਟੂਡੈਂਟ ਕੈਨੇਡਾ ਚ ਨੇ ਹਾਂਜੀ ਤੇ ਕੋਈ ਹੋਰ ਕੋਰਸ ਉਹ ਲੈ ਕੇ ਆਏ ਹੋਏ ਨੇ ਹਾਂਜੀ ਉਹਨਾਂ ਲਈ ਵੀ ਵਰਕ ਪਰਮਿਟ ਦਾ ਰੂਲ ਅਪਲਾਈ ਹੋਏਗਾ ਹੋਏਗਾ ਜੀ ਕਿਉਂਕਿ ਆਲਰੇਡੀ ਕੈਨੇਡਾ ਵਿੱਚ ਨੇ ਅਤੇ ਆਪਣੀ ਪੜ੍ਹਾਈ 1 ਨਵੰਬਰ ਤੋਂ ਮਤਲਬ ਇਹਨਾਂ ਨੇ ਆਈਆਰਸੀਸੀ ਨੇ ਇਹੀ ਕਿਹਾ ਹੈ ਕਿ ਜਿਹੜੇ ਵੀ ਸਟੂਡੈਂਟਸ 1 ਨਵੰਬਰ 2024 ਤੋਂ ਜਾਂ ਉਸ ਤੋਂ ਬਾਅਦ ਐਨਰੋਲ ਹੋ ਚੁੱਕੇ ਨੇ ਹਾਂਜੀ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਉਹਨੂੰ ਆਪਣਾ ਬਸ ਲੈਂਗੁਏਜ ਅਬ ਅਬਿਲਿਟੀ ਨੂੰ ਮੀਟ ਕਰਨਾ ਪੈਣਾ ਹੈ ਸੀਐਲਬੀ 7 ਦੇ ਸੀਐਲਬੀ 5 ਅੱਛਾ ਗੁਰਪ੍ਰੀਤ ਜੀ ਇੱਕ ਸਵਾਲ ਹੈ ਕਿ ਜਿਹੜੇ ਸਟੱਡੀ ਐਕਸਟੈਂਸ਼ਨ ਲਈ ਜਿਹਨਾਂ ਨੇ ਅਪਲਾਈ ਕੀਤਾ 1 ਨਵੰਬਰ ਤੋਂ ਬਾਅਦ ਵਾਸਤੇ ਕੀ ਉਹ ਵਰਕ ਪਰਮਿਟ ਲਈ ਐਲੀਜੀਬਲ ਹੋਣਗੇ ਹਾਂਜੀ ਜੇਕਰ ਉਹਨਾਂ ਦੀ ਸਟੱਡੀ ਪੁਰਾਣੀ ਚੱਲ ਰਹੀ ਹੈ ਤੇ ਉਹਨਾਂ ਨੂੰ ਉਹਨੂੰ ਐਕਸਟੈਂਡ ਕੀਤਾ ਕਰਨਾ ਵਾਸਤੇ ਥੈਨ ਆਫਕੋਰਸ ਉਹ ਐਲੀਜੀਬਲ ਹੋਣਗੇ ਤੇ ਸਟੱਡੀ ਤੇ ਫਿਰ ਸਾਰੀ ਐਕਸਟੈਂਡ ਕਰਾ ਲੈਣਗੇ ਇਹ ਸਟੱਡੀ ਲੈਸੇ ਕਿਸੇ ਨੇ 1 ਸਾਲ ਦੀ ਕਰ ਲਈ ਏ ਜਾਂ 6 ਮਹੀਨੇ ਪਹਿਲਾਂ ਕਰ ਲਈ ਏ ਤੇ ਉਹਨੂੰ ਐਕਸਟੈਂਡ ਕਰਾ ਰਹੇ ਨੇ ਜਿਹੜੀ 2 ਸਾਲ ਦੀ ਰਹਿੰਦੀ ਉਹਨਾਂ ਦੀ ਅੱਛਾ ਥੈਨ ਉਹ एलिजिਬਲ ਹੋਣਗੇ ਓਕੇ ਅਗਰ ਨਵੀਂ ਅਪਲੀਕੇਸ਼ਨ ਕਰਨਗੇ ਥੈਨ ਉਹਨਾਂ ਨੂੰ ਪ੍ਰੋਗਰਾਮ ਹੋ ਲੈਣਾ ਪਵੇਗਾ ਚਲੋ ਜਿਹੜੇ ਇਮੀਗ੍ਰੇਸ਼ਨ ਕੰਸਲਟੈਂਟ ਕੋਈ ਰਾਹ ਕੱਢ ਦੇਣਗੇ ਇਹਦਾ ਵੀ ਇਹਦਾ ਰਾਹ ਨਹੀਂ ਨਿਕਲਣਾ ਕੀ ਕਰਦੇ ਨੇ ਕੇ ਰਾਹ ਇਹਦਾ ਪਰ ਇਹੀ ਆਪਾਂ ਕਹਿੰਦੇ ਆ ਦੇਖੋ ਸਿੱਧੇ ਰਾਹ ਚੱਲੋ ਕੋਈ ਵੀ ਕੰਮ ਏ ਕਿਸੇ ਤਰ੍ਹਾਂ ਦਾ ਵੀ ਕੰਮ ਏ ਜੇਕਰ ਅਸੀਂ ਸ਼ੋਰਟਕਟ ਸ਼ਾਮਿਲ ਜੀ ਕਰਾਂ ਕੋਈ ਵੀ ਮਾਰਾਂਗੇ ਨਾ ਤੇ ਉਹਦਾ ਨੁਕਸਾਨ ਸਾਨੂੰ ਹੋਣਾ ਜੇ ਕੋਈ ਪੈਸੇ ਲਿਆ ਕੇ ਕਰ ਵੀ ਦਿੰਦਾ ਜਿੱਦਾਂ ਤੁਸੀਂ ਗੱਲ ਕੀਤੀ ਸ਼ੋਰਟਕਟ ਕੱਢ ਦਿੰਦਾ ਤੇ ਉਹ ਨੁਕਸਾਨ ਤਾਂ ਅਲਟੀਮੇਟ ਸਟੂਡੈਂਟ ਨੂੰ ਹੋਣਾ ਨਾ ਉਸ ਤੋਂ ਬਾਅਦ ਜਾ ਕੇ ਅੱਗੇ ਖਮਿਆਜਾ ਕੇਨੂੰ ਭੁਗਤਣਾ ਪੈਣਾ ਸਟੂਡੈਂਟ ਨੂੰ ਉਹਨੇ ਬੰਦੇ ਨੇ ਤੇ ਬਾਹਰ ਹੋ ਜਾਣਾ ਜਿੰਨੇ ਵੀ ਕਰਨਾ ਸੋ ਆਪ ਤੁਹਾਨੂੰ ਵਾਈਸਲੀ ਚੱਲਣਾ ਪੈਣਾ ਆ ਦੇਖ ਕੇ ਸਾਰੇ ਰੂਲ ਰੈਗੂਲੇਸ਼ਨ ਇਹਨਾਂ ਹੋਵੇ ਕਿ ਤੁਹਾਡਾ ਨੁਕਸਾਨ ਨਾ ਹੋਵੇ ਅਸਲ ਵਿੱਚ ਜਿਹੜੀ ਮੈਂ ਚੀਜ਼ ਮੈਂ ਮਹਿਸੂਸ ਕਰਦਾ ਕਿ ਲੋਕਾਂ ਨੂੰ ਸਹੀ ਰਾਏ ਦੇਣ ਕਿ ਅੱਜ ਵੀ ਜਿਵੇਂ ਹੁਣ ਇਹਨਾਂ ਮਾਹੌਲ ਖਰਾਬ ਹੈ ਹਾਂਜੀ ਤੇ ਇਹ ਨਹੀਂ ਕਿ ਕੱਲੇ ਏਜੰਟ ਵੀ ਸਾਡੇ ਕਮਿਊਨਿਟੀ ਚੋਂ ਵੀ ਸਿਆਣੇ ਬਿਆਣੇ ਲੋਕ ਵੀ ਲੋਕਾਂ ਨੂੰ ਕਹੀ ਜਾਣਗੇ ਤੁਸੀਂ ਆ ਜਾਓ ਇੱਥੇ ਅਸੀਂ ਵੀ ਆਏ ਸੀ ਪਹਿਲਾਂ ਬੜਾ ਸਟਰਗਲ ਸੀ ਤੁਸੀਂ ਇੱਥੇ ਆ ਕੇ ਸਭ ਵਧੀਆ ਰਹਿਣਾ ਉਹ ਜਿਹੜਾ ਇੱਕ ਮੰਚ ਬਣੀ ਹੋਈ ਨਾ ਧਾਰਨਾ ਹਾਂਜੀ ਉਹਦੇ ਵੀ ਚੱਲੀ ਜਾਂਦੀ ਉਦਾਂ ਕੋਈ ਰੱਬ ਵੱਲੋਂ ਥੋੜਾ ਹੈ ਕਿ ਤੁਸੀਂ ਜ਼ਿੰਦਗੀ ਚ ਸਿਰਫ ਕੈਨੇਡਾ ਚ ਆ ਕੇ ਤਰੱਕੀ ਕਰਨੀ ਦੁਨੀਆ ਧਰਤੀ ਦੇ ਸਾਰੇ ਹਿੱਸਿਆਂ ਚ ਲੋਕ ਤਰੱਕੀ ਕਰਦੇ ਨੇ ਸਮੇਂ ਦੇ ਮੁਤਾਬਕ ਇਹ ਬਦਲਦੇ ਰਹਿੰਦੇ ਟ੍ਰੈਂਡ ਸਭ ਟ੍ਰੈਂਡ ਬਦਲਦੇ ਰਹਿੰਦੇ ਜੀ ਦੇਖੋ ਬਾਕੀ ਜੇ ਤੁਹਾਨੂੰ ਓਪਰਚੁਨਿਟੀ ਮਿਲਦੀ ਕਿਤੇ ਮੱਲੇ ਸੇ ਮੈਂ ਕਿਸੇ ਨੂੰ ਕਹਿਣਾ ਕਿ ਤੁਸੀਂ ਕੈਨੇਡਾ ਪੜਨ ਆਓ ਜਾਂ ਤੁਸੀਂ ਕੈਨੇਡਾ ਕੰਮ ਕਰਨਾ ਆ ਕੇ ਆ ਕਰਨਾ ਕਿ ਮੈਂ ਕਿਹਨੂੰ ਸਲਾਹ ਦੇ ਦਿੰਨਾ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਕਹਿਣਾ ਹੁੰਦਾ ਕਿ ਤੁਸੀਂ ਆਪ ਵੀ ਜਾ ਕੇ ਰਿਸਰਚ ਕਰਿਆ ਕਰੋ ਕਿ ਵਾਕਈ ਮੈਂ ਸਹੀ ਗੱਲ ਕਹੀ ਹੈ ਜਾਂ ਕਿਸੇ ਹੋਰ ਨੇ ਸਹੀ ਗੱਲ ਕਹੀ ਉਸ ਤੋਂ ਬਾਅਦ ਤੁਸੀਂ ਆਪ ਚੱਕਿਆ ਕਰੋ ਕਿਸੇ ਇੱਕ ਦੇ ਕਹਿਣਾ ਜੇ ਆਪਾਂ ਕੋਈ ਸਟੈਪ ਚੱਕ ਲਈਏ ਹੁਣ ਕਈ ਪ੍ਰੋਵਿੰਸ ਇਦਾਂ ਦੇ ਵਿੱਚ ਮਿਲਦੀ ਜਿੱਥੇ ਜਾ ਕੇ ਸਟੂਡੈਂਟ ਸਾਨੂੰ ਕਹਿੰਦੇ ਨੇ ਕਿ ਭਾਜੀ ਸਾਨੂੰ ਤੇ ਰਹਿਣ ਵਾਸਤੇ ਅਕਮੋਡੇਸ਼ਨ ਨਹੀਂ ਮਿਲੀ ਕੰਮ ਮਿਲ ਗਿਆ ਸੀਗਾ ਰਹਿਣ ਵਾਸਤੇ ਤੇ ਅਕਮੋਡੇਸ਼ਨ ਹੀ ਨਹੀਂ ਮਿਲੀ ਸਾਨੂੰ ਹੁਣ ਉੱਥੇ ਦਾ ਸੋਚ ਕਿਸੇ ਨੇ ਜੇ ਭੇਜ ਦਿੱਤਾ ਇੰਨੀ ਦੂਰ ਕਿਸੇ ਨੂੰ ਉਹ ਬੰਦੇ ਨੇ ਪਹਿਲਾਂ ਜਾਣ ਤੋਂ ਪਹਿਲਾਂ ਜਾਂ ਕੇ ਵੀ ਸਟੂਡੈਂਟ ਨੇ ਜਾਂ ਕਿਸੇ ਵਰਕਰ ਨੇ ਰਿਸਰਚ ਨਹੀਂ ਕੀਤੀ ਜਿਹੜੇ ਇਹ ਪਬਲਿਕ ਕਾਲਜਸ ਨੇ ਇਹਨਾਂ ਚ ਵੀ ਹਰ ਕੋਈ ਕੁਆਲੀਫਾਈ ਨਹੀਂ ਕਰੇਗਾ ਵਰ ਪਰਮਿਟ ਲਈ ਤੇ ਜਿਹੜੇ ਇਹ ਪ੍ਰੋਗਰਾਮ ਨੇ ਜਿਵੇਂ ਹੈਲਥ ਦਾ ਜਾਂ ਕੁਝ ਸਰਟਨ ਟ੍ਰੇਡਸ ਨੇ ਜਾਂ ਕੋਰ ਮੇਰੇ ਖਿਆਲ ਹੋਂ ਲ ਕੁਝ ਸ਼ਾਇਦ ਕੁਝ ਟੈਕਨੋਲੋਜੀ ਦੇ ਪ੍ਰੋਗਰਾਮ ਹੋਣਗੇ ਹਾਂਜੀ ਹਾਂਜੀ ਟੈਕਨੋਲੋਜੀ ਦੇ ਨੇ ਇਹ ਫਿਰ ਕਾਫੀ ਛੋਟਾ ਹਿੱਸਾ ਰਹਿ ਜਾਣਾ ਇਹਨਾਂ ਵਿੱਚ ਕੈਟਾਗਰੀਆਂ ਤੋਂ ਬਤਾ ਦਿੱਤੀਆਂ ਜਾਣਗੀਆਂ ਦਿੱਤੀਆਂ ਮਤਲਬ ਆਪਾਂ ਜਿਹੜੇ ਆਈਆਰਸੀ ਦੀ ਵੈਬਸਾਈਟ ਕੋਲਿਜ ਨੇ ਕੀ ਕਰਨਾ ਆਪਣੇ ਪ੍ਰੋਗਰਾਮ ਐਡ ਕਰਦੇ ਨੇ ਐਡ ਕਰਦੇ ਨੇ ਜਿੱਦਾਂ ਲੈਸੇ ਉਹ ਪ੍ਰੋਗਰਾਮ ਹੋਟਲ ਵਾਲੇ ਚੱਕ ਦੇਣਗੇ ਬਿਜ਼ਨਸ ਵਾਲੇ ਚੱਕ ਦੇਣਗੇ ਕਿਉਂਕਿ ਮੈਂ ਤੇ ਕਹਿੰਨਾ ਜੀ 99% ਸਟੂਡੈਂਟ ਜਿਹੜਾ ਵੀ ਆ ਰਿਹਾ ਉਹ ਇੱਥੇ ਆ ਕੇ ਪੜਨ ਤੋਂ ਬਾਅਦ ਪੀਜੀਡਲਪੀ ਲੈਣਾ ਚਾਹੁੰਦਾ ਸੋ ਹੁਣ ਕਾਲਜਿਸ ਜਿੱਦਾਂ ਡਿਮਾਂਡ ਹੋ ਗਈ ਇਹਨਾਂ ਨੂੰ ਕਿ ਹਾਂ ਜੀ ਪ੍ਰੋਗਰਾਮ ਇਹ ਚੱਲਣੇ ਆ ਤਾਂ ਉਹ ਪ੍ਰੋਗਰਾਮ ਘਟ ਜਾਣੇ ਆ ਉਹਨਾਂ ਚ ਹਿਸਟਰੀ ਲਿਸਟ ਐਡ ਕਰ ਦੇਣੀ ਲੈਸੇ ਹੈਲਥ ਦੇ ਜਾਂ ਆਈਟੀ ਦੇ ਜਾਂ ਫਿਰ ਟ੍ਰੇਡ ਦੇ ਟਰਾਂਸਪੋਰਟੇਸ਼ਨ ਦੇ ਸੋ ਪ੍ਰੋਗਰਾਮ ਹੁਣ ਜੇ ਆਪਾਂ ਸਕਿੱਲ ਟ੍ਰੇਡ ਦੀ ਗੱਲ ਕਰੀ ਇਸ ਵਿੱਚ ਜੀ ਬਹੁਤ ਘੱਟ ਪ੍ਰੋਗਰਾਮ ਨੇ ਸੋ ਉਹਨਾਂ ਦੀ ਕੈਟਾਗਰੀ ਵਧਾ ਦਿੱਤੀ ਜਾਣਗੀਆਂ ਉਹ ਕੰਮ ਤੇ ਚੱਲੀ ਜਾਣਾ ਪਰ ਰਾਹ ਸਟਿਲ ਹੈਗੇ ਨੇ ਪਰ ਸਿੱਧੇ ਰਾਹ ਲੈ ਕੇ ਆਉਣ ਹੁਣ ਉੱਥੇ ਜਾ ਕੇ ਤੀ ਦੋ ਦੋ ਸਾਲ ਦੇ ਕਿ ਜਿਹੜੇ ਪੈਕੇਜ ਆਪਾਂ ਕਰਕੇ ਆਨੇ ਪੈਗੇ ਜਾਂ ਵਿੱਚ ਤੁਹਾਨੂੰ ਪਤਾ ਨਹੀਂ ਕਿੱਥੇ ਭੇਜਣਾ ਆ ਪੈਸੇ ਖਰਾਬ ਕਰਾਣੇ ਆ ਜੇ ਆਣਾ ਹੀ ਤਾਂ ਫਿਰ ਸਿੱਧੇ ਰਾਹ ਨਾਲੇ ਜੀ ਤੁਹਾਨੂੰ ਕੋਈ ਜੈਨੂਨ ਇੱਥੇ ਸਕਿੱਲ ਮਿਲਦੀ ਆ ਹਾਂਜੀ ਤੇ ਗਵਰਨਮੈਂਟ ਅੱਗੇ ਹੁਣ ਇਹ ਦੇਖਣਾ ਹੋਊਗਾ ਕਿ ਜਿਹੜੀ ਸਾਡੀ ਗਵਰਨਮੈਂਟ ਹੈ ਜਿਹੜੀ ਉਹ ਟ੍ਰੇਡਸ ਨੇ ਉਹਨਾਂ ਚ ਵੀ ਕਿੰਨਿਆਂ ਨੂੰ ਦਿੰਦੀ ਆ ਕਿਉਂਕਿ ਉਹ ਵੀ ਉਹਨੇ ਖੋਣੇ ਚਾਹੀਦੇ ਨੇ ਜਿੰਨੀ ਕੁ ਮਾਰਕੀਟ ਚ ਲੋੜ ਹੈ ਹਾਂਜੀ ਕਿਉਂਕਿ ਸਟੂਡੈਂਟ ਇਹਦਾ ਮਤਲਬ ਇਹ ਤਾਂ ਨਹੀਂ ਜੇ ਨੇ ਟ੍ਰੇਡ ਚ ਵੀ ਸਪੈਸੀਫਿਕ ਲੋਕਾਂ ਦੀ ਜ਼ਰੂਰਤ ਹੈਗੀ ਤਾਂ ਕਰਕੇ ਇਹਨਾਂ ਨੇ ਇੱਕ ਕੈਟੇਗਰੀ ਬਣਾ ਦਿੱਤੀ ਹੈ ਬਟ ਹਾਂਜੀ ਉਹ ਦੇਖਣਾ ਪਵੇਗਾ ਕਿ ਕਿੰਨੇ ਸੀ ਵਰਕ ਪਰਮਿਟ ਇਸ਼ੂ ਕਰ ਰਹੇ ਹੁਣ ਦੇਖੋ ਸ਼ਮਿਲ ਜੀ ਵਰਕ ਪਰਮਿਟ ਇਸ਼ੂ ਤਾਂ ਹੀ ਹੋਣੇ ਨੇ ਨਾ ਕਿ ਜਿਹੜੇ ਸਟੂਡੈਂਟ ਆਹ ਟ੍ਰੇਡਾਂ ਚ ਪੜਨਗੇ ਐਂਡ ਉਸ ਤੋਂ ਬਾਅਦ ਜਦੋਂ ਅਸੀਂ ਇਹ ਸੈਕਟਰਸ 'ਚ ਪੜ ਕੇ ਅੱਗੇ ਜਾਵਾਂਗੇ ਤੇ ਗਵਰਨਮੈਂਟ ਨੂੰ ਪਤਾ ਹੋਊਗਾ ਕਿ ਇੰਨੇ ਸਟੂਡੈਂਟ ਨੇ ਜਿਹੜੇ ਆ ਸੈਕਟਰ 'ਚ ਪੜ ਚੁੱਕੇ ਨੇ ਤੇ ਇੰਨੀਆਂ ਜੌਬਸ ਦੀਆਂ ਲੋੜ ਨੇ ਜਿਹੜੇ ਵੀ ਫਿਜ਼ੀਓਲੋਜੀ ਪੀ ਵਾਲੇ ਸੋ ਮੇਰੇ ਹਿਸਾਬ ਨਾਲ ਗਵਰਨਮੈਂਟ ਐ ਸੋਚਾ ਇਦਾਂ ਸੋਚੂਗੀ ਅੱਛਾ ਟਰਕਿੰਗ ਵਾਲ ਰਿਲੇਟਿਡ ਟੂ ਕੁਝ ਹੈਗੇ ਨੇ ਜਿਹੜੇ ਉਹਦੇ ਚਾਉਂਦੇ ਨੇ ਹਾਂਜੀ ਟਰਾਂਸਪੋਰਟ ਦੇ ਰਿਲੇਟਿਡ ਵੀ ਹੈਗੇ ਹਾਂ ਜੀ ਅੱਛਾ ਵੀ ਕਰ ਸਕਦੇ ਹੋ ਉਹਦੀ ਵੀ ਕਾਫੀ ਲੰਬੀ ਲਿਸਟ ਉਹਨਾਂ ਵਿੱਚ ਵੀ ਕਾਫੀ ਜਿਹੜਾ ਸਪਲਾਈ ਚੇਨ ਮੈਨੇਜਮੈਂਟ ਦੇ ਕੋਰਸਸ ਨੇ ਜਾਂ ਕੋਈ ਟਰੱਕ ਡਰਾਈਵਰ ਦੇ ਵਿੱਚ ਵੀ ਕੁਝ ਕੋਰਸਸ ਸ਼ੁਰੂ ਕਰਨ ਲੱਗੇ ਨੇ ਜਿੰਨਾ ਵਿੱਚ ਤੁਸੀਂ ਪੜ ਕੇ ਤੁਹਾਨੂੰ ਟਰੱਕ ਦਾ ਲਾਇਸੈਂਸ ਲੈਣ ਟੂ ਇਜ਼ੀ ਇਜ਼ੀ ਹੋ ਜਾਊਗੀ ਬਾਅਦ ਵਿੱਚ ਜਾ ਕੇ ਤੇ ਤੁਸੀਂ ਪੜ੍ਹੋ ਥੋੜੇ ਜੇ ਇਸ ਤੋਂ ਹਟਕੇ ਵੀ ਸਵਾਲ ਆ ਰਹੇ ਨੇ ਵੀ ਜਿਵੇਂ ਟਰਕਿੰਗ ਵਾਲੇ ਐਲ ਐਮ ਆਈ ਚੱਲਦਾ ਹਾਂਜੀ ਚੱਲ ਰਿਹਾ ਉਹ ਜੀ ਕੋਈ ਬੰਦ ਹੋ ਗਿਆ ਨਹੀਂ ਟ੍ਰਕਿੰਗ ਵਾਲਾ ਜੇ ਜੇਕਰ ਤੁਸੀਂ ਹਾਈਵੇ ਜਦਾਂ ਵੀ ਡਿਊਲ ਇੰਟੈਂਟ ਲੈਂਦੇ ਹੋ ਤਾਂ ਤੁਸੀਂ ਜੇਕਰ ਤਾਂ ਡੇ ਏਮਪਲੋਇਰ ਕੋਲ ਦੇਖੋ ਕੋਈ ਐਪ ਕੋਟਾ ਹੈਗਾ ਉਹ ਬਹੁਤ ਕੋਈ ਚੀਜ਼ਾਂ ਚੱਲਦੀਆਂ ਚੱਲੀ ਜਾਂਦਾ ਬਟ ਉਹ ਅੱਗੇ ਤੁਹਾਨੂੰ ਤੁਹਾਡੇ ਏਮਪਲੋਇਰ ਨੂੰ ਦੇਖਣਾ ਪਾਣਾ ਕਿ ਮੈਂ ਐਲੀਜੀਬਲ ਹੈਗਾ ਵੀ ਅਪਲਾਈ ਕਰਨ ਨੂੰ ਚ ਕਿ ਨਹੀਂ ਕਿਉਂਕਿ ਸ਼ਮਿਲ ਜੀ 7-8 ਮਿੰਟ ਦਾ ਟਾਈਮ ਹੈ ਹਮ ਜਿਹੜਾ ਐਲਮੇ ਤੇ ਲੱਗ ਰਿਹਾ ਇਹ ਨਾਲ ਵੀ 7 ਮਹੀਨਾ ਬਾਅਦ ਤੁਹਾਨੂੰ ਨੂੰ 네ਗੇਟਿਵ ਐਲਮੇ ਮਿਲ ਜੇ ਤੁਹਾਡਾ ਟਾਈਮ ਵੇਸਟ ਹੋ ਜਾ ਹਮ ਕੋਈ ਨੰਬਰ ਇਹ ਤਾਂ ਨਹੀਂ ਕਿੱਥੇ ਆਇਆ ਵੀ ਕੋਈ ਨੰਬਰਸ ਕਿੰਨੇ ਹੋ ਸਟੱਡੀ ਪਰਮਿਟ ਘਟਾ ਦਿੱਤਾ ਹੈ ਨਾ ਤੇ ਬਹੁਤ ਕਾਫੀ ਪਿਛਲੇ ਸਾਲ ਨਾਲੋਂ ਕਾਫੀ ਘਟਾ ਦਿੱਤਾ ਹੈ ਕਿਉਂਕਿ ਉਹਦੇ ਵਿੱਚ ਵੀ ਇਦਾਂ ਆ ਕਿ ਨੰਬਰ ਦੇ ਉੱਪਰ ਤੇ ਇਦਾਂ ਨਹੀਂ ਤਾਂ ਸਾਰੇ ਕਿੰਨੇ ਸਟੱਡੀ ਪਰਮਿਟ ਅਪਰੂਵ ਹੋਣੇ ਬਟ ਉਹਨਾਂ ਨੇ ਜਿਹੜਾ ਕੈਪ ਲਗਾ ਦਿੱਤਾ ਹੈ ਉਹਦੇ ਨਾਲ ਵੀ ਕਾਫੀ ਫਰਕ ਪੈ ਚੁੱਕਾ ਆਲਰੇਡੀ ਕਿਉਂਕਿ ਕਿਸੇ ਦੀ ਲੈਸ ਸੇ ਹੁਣ ਇੱਕ ਬੱਚਾ ਉੱਥੇ ਇੰਡੀਆ ਦੇ ਵਿੱਚੋਂ ਕੋਈ ਆਰਟਸ ਦਾ ਤੇ ਉਹ ਆਈਟੀ ਦਾ ਕਿਦਾਂ ਕੋਰਸ ਲੱਲੂਗਾ ਹੁਣ ਜਿਹੜੇ ਬੱਚੇ ਨੇ ਨੋਨ ਮੈਡੀਕਲ ਕੀਤਾ ਹੈ ਚਲੋ ਉਹ ਤੇ ਆਈਟੀ 'ਚ ਵੜ ਗਿਆ ਉਹ ਸੋਰੀ ਆਈਟੀ ਜਾਂਦੀ ਆ ਗਿਆ ਜਿਹੜੇ ਬੱਚੇ ਨੇ ਪਰ ਇਹ ਗੱਲ ਤਾਂ ਦੇਖੋ ਇਹ ਚੀਜ਼ ਤਾਂ ਕਾਲਜਿਸ ਨੇ ਹਾਂਜੀ ਗਵਰਨਮੈਂਟ ਵੱਲੋਂ ਤਾਂ ਕੋਈ ਗਾਈਡਲਾਈਨ ਨਹੀਂ ਮੇਰੇ ਖਲੇ ਦੇ ਬਾਰੇ ਗਵਰਨਮੈਂਟ ਵੱਲੋਂ ਗਾਈਡਲਾਈਨ ਇਹ ਹੀ ਹੈ ਕਿ ਵੀਜ਼ਾ ਜਨੇ ਇਸ਼ੂ ਕਰਨਾ ਹੈ ਕਿਉਂ ਤੇ ਉਹ ਗਾਈਡਲਾਈਨ ਜੇ ਇਹਨਾਂ ਨੇ ਐਡਮਿਸ਼ਨ ਦੇ ਦਿੱਤੀ ਹਾਂਜੀ ਵੀਜ਼ਾ ਆਫੀਸਰ ਨੇ ਵੀਜ਼ਾ ਦੇ ਦੇਣਾ ਉਹ ਤਾਂ ਵੀਜ਼ਾ ਆਫੀਸਰ ਨੂੰ ਚਾਹੀਦਾ ਚੈੱਕ ਕਰਨਾ ਇੱਥੇ ਕਿਉਂਕਿ ਇੱਥੇ ਵੀ ਹਲੇ ਗੜਬੜਾ ਹੋਣਗੀਆਂ ਹਾਂਜੀ ਕਿਉਂਕਿ ਉਹ ਫਿਰ ਵੀਜ਼ਾ ਆਫੀਸਰ ਨੂੰ ਚਾਹੀਦਾ ਕਿ ਮੈਂ ਅਸੀਂ ਦੇਖੀਏ ਉਹ ਚੀਜ਼ ਨੂੰ ਕਿ ਸਟੂਡੈਂਟ ਦਾ ਬੈਕਗ੍ਰਾਉਂਡ ਕੀ ਹੈ ਨਹੀਂ ਸਟਮਿਲ ਜੀ ਬਹੁਤ ਫਰਕ ਪਾ ਗਏ ਵੈਸੇ ਇਹ ਪ੍ਰੋਗਰਾਮ ਹੀ ਗਲਤ ਹੈ ਜੀ ਪ੍ਰੋਗਰਾਮ ਮੇਰੀ ਸਮਝ ਦੇ ਮੁਤਾਬਕ ਜਿਹੜੇ ਇਹ ਕਾਲਜ ਬੇਸਡ ਪ੍ਰੋਗਰਾਮ ਹੈ ਇਹ ਗਵਰਨਮੈਂਟ ਨੂੰ ਬੰਦ ਕਰਨਾ ਚਾਹੀਦਾ ਪ੍ਰੋਗਰਾਮ ਜਿੱਦਾਂ ਅਸੀਂ ਗੱਲ ਕਰਕੇ ਚੁੱਕੇ ਮਾਸਟਰਸ ਜਿਹੜੇ ਬੈਚਲਰ ਕਲਾ ਯੂਨੀਵਰਸਿਟੀ ਬੇਸਡ ਰੱਖੋ ਫੋਰਨ ਕਾਲਜਸ ਵਾਸਤੇ ਮਤਲਬ ਕੋਈ ਤੋਂ ਕਿ ਨਹੀਂ ਬੰਦ ਅਸਟ੍ਰੇਲੀਆ ਦੀ ਗੱਲ ਕਰੀ ਆਸਟ੍ਰੇਲੀਆ ਦੇ ਵਿੱਚ ਯੂਨੀਵਰਸਿਟੀ ਲੈਵਲ ਤੇ ਪ੍ਰੋਗਰਾਮ ਨੇ ਅਤੇ ਉਹਦੇ ਵਿੱਚ ਬਹੁਤ ਸਾਰਾ ਸਕੋਪ ਹੁੰਦਾ ਅੱਗੇ ਜਾ ਕੇ ਪੜਨਾ ਬਟ ਉੱਥੇ ਵੀ ਰਾਹ ਵੱਡੇ ਨਿਕਲ ਜਾਂਦੇ ਸਮਝੋ ਕਿੰਨੇ ਕੁ ਦੀ ਰਾਹ ਬੰਦ ਕਰੋ ਆ ਕਿੰਨਾ ਕੁਛ ਚੇਂਜ ਹੋ ਗਿਆ ਇਹਨਾਂ ਵਿੱਚ ਵੀ ਬਹੁਤ ਚੀਜ਼ਾਂ ਗਾਂ ਤੋਂ ਗਾਂ ਕਿਨ ਨਿਕਲ ਜਾਣੀਆਂ ਜਾਂ ਕੁਛ ਨਾ ਕੁਛ ਹੁਣ ਇੱਕ ਮੈਸੇਜ ਹੈ ਕਿ ਤੁਸੀਂ ਕਹਿੰਦੇ ਨੇ ਕਿ ਵੀ ਮਤਲਬ ਹ ਲੋ ਪੇਂਗ ਜਿਹੜੀਆਂ ਵੇਜਸ ਨੇ ਲੋ ਲੋ ਵੇਜ ਜਿਹੜੀਆਂ ਜੋਬਸ ਨੇ ਇਹਨਾਂ ਚ ਨਹੀਂ ਹੋ ਸਕਦਾ ਇਹਨਾਂ ਦਾ ਮੈਸੇਜ ਆ ਕਿ ਜਿਹੜੀਆਂ ਜਿਹੜੀਆਂ ਕੰਪਨੀਆਂਜ਼ ਨੇ ਕਾਗਜ਼ਾਂ 'ਚ ਬੱਧ ਖਾਣਦੀਆਂ ਨੇ ਮੁੜ ਕੇ ਰਿਐਲਿਟੀ 'ਚ ਕੁਝ ਵੀ ਨਹੀਂ ਹੁੰਦਾ ਇਹ ਤੇ ਹਾਂਜੀ ਉਹ ਦੱਸਿਆ ਧੰਨਵਾਦ ਕਿ ਆਨਸਰ ਦਈਏ ਦੱਸ ਇਦਾਂ ਦਾ ਸੀ ਸੀ ਆ ਕੇ ਕਿ ਕੁਝ ਵੀ ਹਾਂਜੀ ਜੋ ਵੀ ਕੁਝ ਹੋਣਾ ਆ ਤਾਂ ਹੋ ਹੀ ਜਾਂਦਾ ਆ ਜਿਹੜੇ ਵੀ ਰਾਹ ਨਿਕਲੇ ਨਿਕਲੀ ਜਾਂਦੇ ਆ ਬਾਕੀ ਆ ਕਿ ਦੇਖੋ ਕਾਫੀ ਜਿਹੜੀਆਂ ਇਨਸਪੈਕਸ਼ਨਸ ਹੋਣੀਆਂ ਸ਼ੁਰੂ ਹੋ ਗਈਆਂ ਆ ਜਿੱਦਾਂ ਇਹਨਾਂ ਨੇ ਸਵਾਲ ਪੁੱਛਿਆ ਆ ਤੇ ਇਹਨਾਂ ਨੂੰ ਵੀ ਆਨਸਰ ਇਹਦਾ ਮਿਲ ਜਾਣਾ ਜਲਦੀ ਜਿਹੜੇ ਹਿਸਾਬ ਨਾਲ ਇਨਸਪੈਕਸ਼ਨਸ ਹੋ ਰਹੀਆਂ ਆ ਏਮਪਲੋਇਰ ਦੇ ਵੀ ਸਾਰੇ ਆਡਿਟ ਵਗੈਰਾ ਪਿਛਲੇ ਸપ્ਤਾਹ ਵੀ ਕੁਝ ਇਨਸਪੈਕਸ਼ਨ ਇੱਥੇ ਹੋਈਆਂ ਨੇ ਹਾਂਜੀ ਕੁਝ ਜਿਹੜੇ ਆ ਵਰਕ ਪਰਮਿਟ ਵਾਲਿਆਂ ਨੂੰ ਇਹਨਾਂ ਵਿਜ਼ਟਰ ਵੀਜ਼ਾ ਵਾਲਿਆਂ ਨੂੰ ਕੰਮ ਦੇ ਰਹੇ ਨੇ ਉਸ ਤੇ ਵੀ ਹੋਈਆਂ ਨੇ ਕਿ ਰੇਟ ਉਹ ਕਾਫੀ ਇਹੀ ਚੀਜ਼ਾਂ ਨੇ ਨਾ ਅੱਗੇ ਆ ਕੇ ਇਹ ਨਹੀਂ ਹੁੰਦਾ ਕਿ ਨਹੀਂ ਸਰਕਾਰ ਐਕਸ਼ਨ ਲੈ ਰਹੀਆਂ ਲੈ ਰਹੀਆਂ ਆ ਬਸ ਟਾਈਮ ਤਾਂ ਲੱਗੂਗਾ ਨਾ ਚੀਜ਼ ਨੂੰ ਹੁਣ ਦੇਖੋ ਅ ਐਕੋਸਿਸਟਮ ਨੂੰ ਸਹੀ ਕਰਨਾ ਆ ਤੇ ਉਹ ਸਿਸਟਮ ਨੂੰ ਤੇ ਫਿਰ ਹੁਣ ਆਪਾਂ ਜੀ ਕੈਪ ਦੀ ਗੱਲ ਕਰੀ ਪਰ ਜਿਹੜਾ ਜੀ ਗੱਲ ਆਪਾਂ ਖਤਮ ਕਰਨੀ ਹੋਵੇ ਜਿਹੜੀਆਂ ਆ 1 ਨਵੰਬਰ ਵਾਲੀਆਂ ਚੇਂਜਸ ਨੇ ਹਾਂਜੀ ਇਹ ਵੀ ਇੱਕ ਮੇਜਰ ਇੰਪੈਕਟ ਇਹਨਾਂ ਦਾ ਪਾਏਗਾ ਜੀ ਮੈਂ ਕਹਾਂਗਾ ਚੰਗੀਆਂ ਚੇਂਜਸ ਨੇ ਬਹੁਤ ਵਧੀਆ ਚੇਂਜਸ ਨੇ ਐਂਡ ਇਹਦਾ ਇੰਪੈਕਟ 100% ਪਾਊਗਾ ਕਿਉਂਕਿ ਐਟ ਲੀਸਟ ਜਿਹੜੇ ਸਟੂਡੈਂਟ ਇੱਥੇ ਆਂਦੇ ਸੀਗੇ ਪੜ੍ਹਨ ਆਸੇ ਬਿਜ਼ਨਸ ਜਾਂ ਹੋਟਲ ਮੈਨੇਜਮੈਂਟ ਉਸ ਤੋਂ ਬਾਅਦ ਅੱਗੇ ਇੱਥੇ ਦੇਖੋ ਹੁਣ ਆਪਾਂ ਕਈ ਪ੍ਰਵਿੰਸਾਂ ਦੀ ਗੱਲ ਕਰੀਏ ਫੂਡ ਸੈਕਟਰ ਹੀ ਬੰਦ ਕਰਤਾ ਉਹ ਐਟ ਲੀਸਟ ਉਹ ਤੇ ਨਹੀਂ ਖੱਜਲ ਖਰਾਬ ਹੋਣ ਗਿਆ ਕਿੱਥੇ ਆਈਟੀ 'ਚ ਜੋਬਾਂ ਕਰਨ ਆਈਟੀ 'ਚ ਜੇ ਪੜਾਈਆਂ ਕਰਨਗੇ ਤਾਂ ਆਈਟੀ ਦੀ ਜੋਬ ਤੇ ਮਿਲੂਗੀ ਐਟ ਲੀਸਟ ਜੇ ਆਪਾਂ ਉਹ ਗੱਲ ਕਰੀਏ ਹੁਣ ਕਈ ਸਟੂਡੈਂਟਸ ਮਿਲ ਜਿੱਦਾਂ ਦੇ ਨੇ ਜਿਹੜੇ ਸਟੂਡੈਂਟਾਂ ਨੇ 2-2 ਸਾਲ ਦੀ ਪੜ੍ਹਾਈ ਖਤਮ ਕਰ ਲਈਏ ਉਹ ਮੇਰੇ ਕੋਲ ਵਾਪਸ ਆ ਕੇ ਕਹਿ ਰਹੇ ਨੇ ਕਿ ਭਾਜੀ ਅਸੀਂ ਹੁਣ ਅਸੀਂ ਪੀਜੀ ਪੀਐਸ ਪੀਐਸਡਬਲਿਊ ਦਾ ਪ੍ਰੋਗਰਾਮ ਕਰਨਾ ਮੈਂ ਪੁੱਛਿਆ ਕਿਉਂ ਕਰਨਾ ਹੈ ਜੋਬ ਮਿਲ ਜਾਓ ਤੇ ਜਈਏ ਮੰਨ ਲਓ ਅਸੀਂ ਪੀਐਸਡਬਲਿਊ ਵਰਗੇ ਪਹਿਲੇ ਹੀ ਪ੍ਰੋਗਰਾਮ ਕਰ ਲਈਏ 2-2 ਸਾਲ ਦੇ ਹਾਲਤ ਕਰੋ ਉਹ ਨੁਕਸਾਨ ਫਾਇਦਾ ਹੀ ਹੈ ਨਾ ਨੁਕਸਾਨ ਆਈ ਗੱਲਾਂ ਅਸਲ ਵਿੱਚ ਕਿਸੇ ਨੇ ਦੱਸਿਆ ਨਹੀਂ ਕਿਉਂਕਿ ਮਤਲਬ ਜਿਵੇਂ ਕਹਿੰਦੇ ਨੇ ਵੀ ਧਾਂਦਲੀ ਚੱਲ ਰਹੀ ਸੀ ਵੱਡੇ ਸਕੇਲ ਤੇ ਹਾਂਜੀ ਉਦਾਂ ਹੀ ਚੱਲੀ ਜਾਂਦਾ ਆਪਾਂ ਤਾਂ ਆਲਵੇਸ ਇਹੀ ਗੱਲ ਕਹਿੰਦੇ ਰਹੇ ਆ ਕਿ ਤੁਸੀਂ ਸਕਿੱਲ ਟ੍ਰੇਡ ਜਾਂ ਤੁਸੀਂ ਹੈਲਥ ਵਾਲੇ ਜਾਂ ਆਈਟੀ ਪੜ੍ਹਾਈ ਉਹ ਕਰੋ ਤੇ ਤੇਨਾ ਤੁਹਾਡਾ ਇਨ ਫਿਊਚਰ ਜਾ ਕੇ ਤੁਹਾਨੂੰ ਐਟ ਲੀਸਟ ਕੋਈ ਜੌਬ ਮਿਲ ਜੇ ਜਾਂ ਕਿ ਤੁਹਾਡੀ ਪੀਆਰ ਦਾ ਸਗਾਲਾ ਕੰਮ ਹੋ ਜੇ ਫੇਰ ਹੀ ਹੈ ਨਾ ਫਾਇਦਾ ਹੁਣ ਫੂਡ ਸੈਕਟਰ ਵਿੱਚ ਸ਼ਮਿਲ ਜੀ ਆਲਮੋਸਟ ਸਾਰੇ ਜਿੰਨੇ ਪ੍ਰੋਵਿੰਸ ਨੇ ਹੱਥ ਜੋੜੀ ਜਾਂਦੇ ਆਪਣਾ ਇੰਟੀਰੀਅਨ ਨੇ ਪਹਿਲਾਂ ਜੋੜਦੇ ਆ ਫੂਡ ਸੈਕਟਰ ਚ ਇੱਥੇ ਪੀਐਨਪੀ ਨਹੀਂ ਮਿਲਦੀ ਐਂਡ ਜਿਹੜੇ ਪ੍ਰੋਵਿੰਸ ਸੀਗੇ ਆਪਾਂ ਐਟਲੈਂਟਿਕ ਦੀ ਗੱਲ ਕਰੀਏ ਜਾਂ ਅਲਬਰਟਾ ਵਰਗਿਆਂ ਦੀ ਗੱਲ ਕਰੀਏ ਉਹਨਾਂ ਨੇ ਬੰਦ ਕਰ ਦਿੱਤੀਆਂ ਆਲਮੋਸਟ ਨੋਵਾ ਸਕੋਸ਼ੀਆ ਵਿੱਚ ਵੀ ਆਲਮੋਸਟ ਬੰਦ ਨੇ ਫੂਡ ਵਾਲੀਆਂ ਐਟਲੈਂਟਿਕ ਸਾਰੇ ਬੰਦ ਕਰ ਦਿੱਤੀਆਂ ਨਾਲੇ ਦੇਖੋ ਜੀ ਇਹਨਾਂ ਦਾ ਰਾਈਟ ਹੈ ਫਰਜ਼ ਬਣਦਾ ਬਲਕਿ ਕਰਨਾ ਚਾਹੀਦਾ ਹੈ ਇੱਥੇ ਉਲਟਾ ਕਹਿੰਦੇ ਆ ਕਿ ਗਵਰਨਮੈਂਟਸ ਨੂੰ ਆਪਣੇ ਇਮੀਗ੍ਰੇਸ਼ਨ ਪ੍ਰੋਗਰਾਮ ਦੀ ਇੰਟੈਗਰਿਟੀ ਕ ਉਹਦਾ ਸਟੈਂਡਰਡ ਕਾਇਮ ਰੱਖਣ ਲਈ ਇਥੋਂ ਦੀ ਜਿਹੜੀ ਜੌਬ ਮਾਰਕੀਟ ਹੈ ਉਹਨੂੰ ਸਹੀ ਰੱਖਣ ਲਈ ਇਥੋਂ ਦਾ ਕਲਚਰ ਸਹੀ ਰੱਖਣ ਲਈ ਜ਼ਰੂਰੀ ਹੈ ਕਿ ਰੂਲਸ ਕੁਝ ਟਾਈਟ ਹੋਣੇ ਥੋੜਾ ਹੀ ਕੋਈ ਰਾਈਟ ਥੋੜਾ ਬਾਹਰੋਂ ਆਉਣ ਦੇ ਲੋਕਾਂ ਦਾ ਵੀ ਸਾਨੂੰ ਸਾਡਾ ਆਉਣ ਦਾ ਇੱਥੇ ਰਾਈਟ ਹੈ ਇਹ ਤੇ ਇਥੋਂ ਦੀ ਗਵਰਨਮੈਂਟ ਨੇ ਡਿਸਾਈਡ ਕਰਨਾ ਕਿ ਸਾਡੇ ਡੋਰ ਤੁਹਾਡੇ ਲਈ ਓਪਨ ਨੇ ਕਿ ਨਹੀਂ ਓਪਨ ਜੇ ਓਪਨ ਨੇ ਤੇ ਅਸੀਂ ਤੁਹਾਨੂੰ ਪ੍ਰੋਪਰ এমਪਲੋਇਮੈਂਟ ਦੇਈਏ ਤੁਹਾਨੂੰ ਐਜੂਕੇਸ਼ਨ ਦੇਈਏ ਇੱਕ ਸਿਸਟਮ ਹੈ ਨਾ ਦੇਖੋ ਸ਼ਮਿਲ ਜੀ ਬੜੀ ਸੋਹਣੀ ਹਨ ਉਹਨਾਂ ਨੇ ਜਿਹੜਾ ਪਿੱਛੇ ਜੇ ਬੰਦ ਕੀਤਾ ਨਾ ਪ੍ਰਾਈਵੇਟ ਕਾਲਜ ਦਾ ਕਿਉਂਕਿ ਪਬਲਿਕ ਅਤੇ ਪ੍ਰਾਈਵੇਟ ਕਾਲੇ ਦੀ ਪਾਰਟਨਰਸ਼ਿਪ ਵਾਲੇ ਕਾਲਜਸ ਨੂੰ ਜਿਹੜਾ ਬੰਦ ਰਨ ਕੀਤਾ ਉਹ ਇਹਨਾਂ ਨੇ ਆਪਣਾ ਐਜੂਕੇਸ਼ਨ ਸਿਸਟਮ ਨੂੰ ਹਾਈ ਕੀਤਾ ਆ ਆਪਾਂ ਗੱਲ ਕਰੀਏ ਹੁਣ ਦੀ ਹੁਣ ਜੇ ਆਪਾਂ ਗੱਲ ਕਰੀਏ ਬਿਜ਼ਨਸ ਪ੍ਰੋਗਰਾਮ ਸੀਗੇ ਜਾਂ ਹੋਟਲ ਮੈਨੇਜਮੈਂਟ ਦੇ ਸੀਗੇ ਮਜ਼ਾਕ ਸੀ ਉ ਤਾਂ ਹੁਣ ਹੁਣ ਦੇਖੋ ਜਿਹੜੇ ਆ ਪ੍ਰੋਗਰਾਮ ਕੀਤੇ ਆ ਐਂਡ ਉਹਨਾਂ ਚ ਪੜਨ ਤੋਂ ਬਾਅਦ ਓਬਵੀਅਸ ਗੱਲ ਇੱਕ ਤੇ ਕੰਮ ਦੀ ਕੰਮ ਵਧੂਗਾ ਜੀ ਉਹਦੇ ਵਿੱਚ ਕੰਮ ਮਿਲਣਾ ਹੀ ਮਿਲਣਾ ਆ ਆਈਟੀ ਵੀ ਬੂਮ ਹੋ ਰਹੀ ਏ ਜੇ ਆਪਾਂ ਗੱਲ ਕਰੀਏ ਜਿੰਨੇ ਆਪਾਂ ਸੈਕਟਰ ਦੀ ਗੱਲ ਕਰ ਚੁੱਕੇ ਆ ਟ੍ਰੇਡ ਟਰਾਂਸਪੋਰਟੇਸ਼ਨ ਹੈਲਥ ਵਾਲੇ ਸਾਰੇ ਕੁ ਬਹੁਤ ਬਹੁਤ ਸ਼ੁਕਰੀਆ ਜੀ ਉਮੀਦ ਰੱਖਦੇ ਹਾਂ ਕਿ ਇਹਨਾਂ ਚੇਂਜਸ ਨਾਲ ਕੁਝ ਹੋਰ ਟਾਈਟ ਹੋਏਗਾ ਜਿਹੜਾ ਸਿਸਟਮ ਫਾਇਦਾ ਹੋਏਗਾ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਥੈਂਕ ਯੂ ਸ਼ਮਿਲ ਜੀ ਥੈਂਕ ਯੂ ਜੀ